ए प्रोग्राम प्राइम एशिया टीवी दी प्रॉपर्टी है इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उल्लंघना है अजिहा करन ते कानूनी कारवाई कीती जावेगी जज दा विचार प्यारे दर्शको एक बार फिर से लेके हाजिर हैं प्रोग्राम चज्जे दा विचार नाल हरमनथिन ते गुरप्रीत संधवालिया प्राइम एशिया टेलीविजन ते प्यारे दोस्तों मेरे ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਰੋਜ਼ ਦੀ ਤਰ੍ਹਾਂ ਬੈਠ ਕੇ ਅੱਜ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਬਹੁਤ ਪਸੰਦ ਆਏਗਾ ਲੇ ਕਿਉਂ ਉਮੀਦ ਕਿਉਂ ਕਰਨ ਅਗਲੇ ਬੰਦੇ ਗੱਲਾਂ ਤੁਸੀਂ ਕਰਨੀਆਂ ਬੈਠੇ ਤੁਸੀਂ ਪਥੱਲਾ ਮਾਰਗੇ ਅਗਲੇ ਕਿਉਂ ਉਮੀਦ ਕਰਨ ਅਗਲੇ ਨਹੀਂ ਅਸੀਂ ਉਮੀਦ ਕਰਦੇ ਹਾਂ ਕਿ ਅਗਲਿਆਂ ਨੂੰ ਪਸੰਦ ਆਵੇ ਮੋਰ ਤੁਸੀਂ ਐ ਹੀ ਜਾਲੀ ਉਮੀਦ ਕਰ ਲਈ ਕੀ ਕਰੋ ਤੁਹਾਡਾ ਗੁਰਪ੍ਰੀਤ ਜੀ ਅੱਜ ਤਾਂ ਆਪਾਂ ਪ੍ਰੋਫੈਸ਼ਨਲ ਜਿਹਦਾ ਸਪੀਕਰਸ ਹੁੰਦੇ ਨੇ ਉਦਾਂ ਹੀ ਬੋਲਣਾ ਐ ਐਂਕਰਸ ਐਂਕਰਸ ਯੈਸ ਕੀ ਹਾਲ ਚਾਲ ਨੇ ਜੀ ਹਰਮਨ ਜੀ ਮੇਰਾ ਹਾਲ ਬਹੁਤ ਵਧੀਆ ਤੁਸੀਂ ਆਪਣਾ ਹਾਲ ਸੁਣਾਓ ਜੀ ਦੋਸਤੋ ਅਸੀਂ ਦੋਵੇਂ ਬਿਲਕੁਲ ਠੀਕ ਆ ਤੁਸੀਂ ਵੀ ਆਪਣਾ ਹਾਲ ਸੁਣਾਓ ਜ਼ਿੰਦਗੀ ਦੀ ਉਹ ਨਾ ਰਾਵਾਂ ਦੇ ਉੱਪਰ ਚੱਲਦੇ ਆ ਕਿ ਬਰਾ ਇਨਸਾਨ ਸੋਚਦਾ ਹੈ ਕਿ ਜ਼ਿੰਦਗੀ ਕੀ ਐ ਪਰ ਜ਼ਿੰਦਗੀ ਬਾਰੇ ਜੇ ਹਰੀਖ ਨੂੰ ਗਿਆਨ ਹੋ ਜਵੇ ਤਾਂ ਜ਼ਿੰਦਗੀ ਬੜੀ ਰੋਚਕ ਨਿਕਲਦੀ ਹੈ ਪਰ ਕਈ ਵਾਰ ਆਪਾਂ ਸੋਚਦੇ ਆ ਕਿ ਜ਼ਿੰਦਗੀ ਮਦਨਿਆ ਮੈਂ ਨਹੀਂ ਬੋਲ ਸਕਦਾ ਇਹਦਾ ਔਖਾ ਬਾਤ ਹੀ ਔਖਾ ਹਾਂ ਹੋਰ ਸੁਣਾਓ ਆ 11ਵਾਂ ਸਮਾਰੋਣੀ ਹੁੰਦਾ ਇਹ ਸਾਡੇ ਕੋਲੋਂ ਮਤਲਬ ਜਿਵੇਂ ਆਪਾਂ ਆਮ ਗੱਲਾਂ ਕਰਦੇ ਆ ਘਰੇਲੂ ਉਦਾਂ ਆਪਾਂ ਜਨੀਆ ਮਰਸੀ ਕਰ ਲਈਏ ਤੇ ਅੱਜ ਦਾ ਚਾਹੀਦਾ ਵਿਚਾਰ ਕੀ ਹੈ ਜੀ ਫਿਰ? ਅੱਜ ਦਾ ਚਾਹੀਦਾ ਵਿਚਾਰ ਇਹ ਹੈ ਕਿ ਬੰਦਾ ਕਹਿੰਦਾ ਨਾ ਮੈਂ ਹਰ ਇੱਕ ਚੀਜ਼ ਕਾਬੂ 'ਚ ਕਰ ਸਕਦਾ ਹਾਂ ਹੈਨਾ ਪਰ ਕਹਿੰਦੇ ਕਿ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ ਤਾਂ ਗੁੱਸੇ ਦੇ ਵਿੱਚ ਆਪਣੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ। ਹਾਂ ਜਿਹੜਾ ਬੰਦਾ ਉਹਨਾਂ ਨੂੰ ਕੰਟਰੋਲ ਕਰ ਜਵੇ ਉਹ ਜ਼ਿੰਦਗੀ ਦੇ ਵਿੱਚ ਡੈਫੀਨੇਟਲੀ ਕੁਝ ਨਾ ਕੁਝ ਹਾਸਲ ਕਰਦਾ ਅੱਗੇ ਵਧਦਾ ਹੈ ਤੇ ਜਿਹੜਾ ਉਹ ਕੰਟਰੋਲ ਨਾ ਕਰ ਸਕੇ ਉਹ ਫਿਰ ਸਾਰਾ ਕੁਝ ਗਵਾਉਂਦਾ ਹੈ। ਮੈਂ ਕਿਤੇ ਨਾ ਪੜ ਰਿਆ ਸੀ ਮੈਨੂੰ ਹੁਣ ਯਾਦ ਨਹੀਂ ਵੀ ਮੈਂ ਐਕਚੁਅਲੀ ਉਹ ਕਿੱਥੇ ਚੀਜ਼ ਦੇਖੀ ਆਈ ਥਿੰਕ ਉਹ ਕੀਤੀ ਵੇਖੀ ਤਾਂ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਹੀ ਸੀਗੀ ਉਹ ਕਿਤੇ ਨਾ ਕਿਤੇ ਕੋਈ ਡਿਬੇਟ ਚੱਲਦੀ ਪਈ ਸੀ ਉਹ ਡਿਬੇਟ ਮੈਨੂੰ ਉਹਦਾ ਉਹ ਕਿਤੇ ਨਾ ਕਿਤੇ ਠੀਕ ਲੱਗੀ ਮਤਲਬ ਪੰਜਾਬੀਆਂ ਦੀ ਡਿਬੇਟ ਨਹੀਂ ਸੀ ਖੈਰ ਉਹ ਪੰਜਾਬੀਆਂ ਦੀ ਡਿਬੇਟ ਚ ਤਾਂ ਹੋਰ ਹੀ ਕੁਝ ਨਿਕਲ ਜਾਣਾ ਸੀ ਕੋਈ ਕੋ ਮਤਲਬ ਬਾਹਰਲੇ ਬੰਦੇ ਕੁਝ ਕਰ ਰਹੇ ਸੀ ਅੰਗਰੇਜ਼ੀ ਮੈਂ ਬਹੁਤ ਮਤਲਬ ਜੋੜ ਤੋੜ ਕਰਕੇ ਕਰਕੇ ਪੜ੍ਹਿਆ ਉਹਨਾਂ ਦਾ ਖਾਵੇ ਮੈਨੂੰ ਨਾ ਉਹ ਇੰਟਰਸਟਿੰਗ ਲੱਗੀ ਗੱਲ ਤਾਂ ਮੈਂ ਇੰਨਾ ਖਪਿਆ ਨਹੀਂ ਤੇ ਤੁਹਾਨੂੰ ਪਤਾ ਅੰਗਰੇਜ਼ੀ ਵਾਲੇ ਪਾਸੇ ਮੈਂ ਕਹਾਂ ਚੱਕੂ ਨਹੀਂ ਰਹਿੰਦਾ ਯਾਰ ਭਾਈ ਇਹਨੂੰ ਪਾਸੇ ਕਰੋ ਪਹਿਲਾਂ ਨਾ ਹਾਂ ਉਹਨਾਂ ਇਹ ਉਹਨਾਂ ਦੇ ਕਹਿਣ ਤੋਂ ਪਾਵੇ ਸੀ ਕਿ ਜਿਹੜੀਆਂ ਆਪਾਂ ਗਾਲਾਂ ਕਹਿਦਨੇ ਆਂ ਖੈਰ ਅੰਗਰੇਜ਼ੀ ਤਾਂ ਉਹਨਾਂ ਦੀ ਥੋੜੀ ਜਿਹੀ ਨੇ ਉਹ ਸਾਬ ਉਹਨਾਂ ਨੇ ਸਾਰ ਲਿਆ ਉਹ ਕਹਿੰਦੇ ਗਾਲਾਂ ਬੇਸਿਕਲੀ ਸਟ੍ਰੈਸ ਰੀਲੀਵਰਸ ਨੇ ਹੂੰ ਮਲੇਵਿਕ ਇੱਕ ਨਵੀਂ ਮੈਂ ਤਾਂ ਹੀ ਆ ਇਸ ਗੱਲ ਤੋਂ ਮੇਰਾ ਦਿਮਾਗ ਆਇਆ ਨਾ ਉਹ ਮੈਂ ਕਹਿਆ ਯਾਰ ਸਟ੍ਰੈਸ ਰਿਲੀਵਰ ਗਾਲਾਂ ਕਿਦਾਂ ਹੁੰਦੀਆਂ ਹਾਂ ਪਰ ਉਹਨਾਂ ਦੇ ਅਕੋਰਡਿੰਗਲੀ ਇਹ ਕਿ ਜਦੋਂ ਮੰਨ ਲਓ ਆਪਾਂ ਨੂੰ ਗੁੱਸਾ ਆਉਂਦਾ ਆਪਾਂ ਕੁਝ ਬੋਲਣਾ ਚਾਹੁੰਦੇ ਆ ਆਪਾਂ ਚਾਹੁੰਦੇ ਆ ਕਿ ਵੀ ਮੈਂ ਕੋਈ ਚੀਜ਼ ਕਹਿ ਰਿਹਾ ਤੇ ਉਹ ਅਗਲੇ ਨੂੰ ਭੈੜੀ ਲੱਗੇ ਜਾਂ ਅਗਲੇ ਨੂੰ ਮੈਂ ਅਗਲੇ ਦਿਨ ਮੈਂ ਨਿੰਦਿਆ ਕਰ ਰਿਹਾ ਜਾਂ ਅਗਲੇ ਨੂੰ ਮੈਂ ਕੁਝ ਗਲਤ ਕਹਿ ਰਿਹਾ ਮਤਲਬ ਆਪਣੇ ਮਨ ਦਾ ਗੁਬਾਰ ਗੁਬਾਰ ਕੱਢਣਾ ਹੈਨਾ ਹੁਣ ਜੇ ਮੰਨ ਲਓ ਗਾਲਾਂ ਨਾ ਹੋਣ ਹਮ ਜਸਟ ਇਮੇਜਨ ਕਿ ਗਾਲਾਂ ਨਾ ਹੋਣ ਤੁਹਾਨੂੰ ਗੁੱਸਾ ਆ ਗਿਆ ਹੁਣ ਕੀ ਕਰੋਗੇ ਤੁਸੀਂ ਨੇ ਪਰ ਬੀਬੀਆਂ ਵੀ ਤਾਂ ਹੁਣ ਮਤਲਬ ਆਪਣਾ ਗੁੱਸਾ ਕੱਢਦੀਆਂ ਹੀ ਨੇ ਜ਼ਰੂਰੀ ਤਾਂ ਨਹੀਂ ਸਾਰੀਆਂ ਬੀਬੀਆਂ ਗਾਲਾਂ ਕੱਢਦੀਆਂ ਨੇ ਕਿਤੇ ਤੁਸੀਂ ਕਦੀ ਬੀਬੀਆਂ ਲੜਦੀਆਂ ਨਹੀਂ ਦੇਖੀਆਂ ਮਤਲਬ ਬਿਲਕੁਲ ਜੀ ਮੈਂ ਕਦੀ ਇਦਾਂ ਦਾ ਕੁਝ ਐਕਸਪੀਰੀਅੰਸ ਨਹੀਂ ਕੀਤਾ ਨੋ ਨਾ ਕਹਿੰਦੇ ਨੈ ਨੈ ਤੇਰੇ ਹਾਂਜੀ ਕੀ ਗੱਲ ਮਤਲਬ ਗਾਇਕ ਤੋਂ ਕੋਈ ਗਲਤੀ ਹੋ ਗਈ ਸੀ ਜਿਹੜੀ ਤੁਸੀਂ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹੋ ਨਹੀਂ ਮੈਂ ਵੈਸੇ ਮੈਂ ਥੋੜੀ ਟਿਊਨ ਯਾਦ ਹੋ ਜਾਣੀ ਚਾਹੀਦੀ। ਉਹ ਟਿਊਨ ਟਿਊਨ ਨਾਲ ਯਾਦ ਕਰਕੇ ਕਿਹੜਾ ਗਿਨੀਸ ਬੁੱਕ ਦਾ ਵਰਲਡ ਰਿਕਾਰਡ ਜਨਾਦਰਦ ਕਰਾਉਣਾ ਚਾਹੁੰਦੇ ਹੋ? ਕਿ ਮੈਂ ਕਈ ਜਿਹੜਾ ਸੋਚਣਾ ਮਤਲਬ ਕਹਿੰਦੇ ਨੇ ਨੈਣਾ ਨੈਣ ਕਿਦਾਂ ਕਹਿ ਸਕਦੇ ਆ। ਉਹ ਵੀ ਤੇਰੇ ਕੋਲ ਰਹਿਣਾ। ਹਾਂ। ਹੁਣ ਜੇ 1 ਮਿੰਟ ਲੈਟ ਸੇ ਕੋਈ ਬੰਦਾ ਪੀਜੀ ਲੈਣ ਗਿਆ ਜਾਂ ਕਿਸੇ ਨੇ ਕਿਰਾਏ ਤੇ ਘਰ ਲੈਣਾ। ਤੇ ਉਹਦੇ ਕਿ ਨੈਣ ਇਕੱਲੇ ਬੰਦੇ ਨੂੰ ਜਾ ਕੇ ਕਹਿਣਗੇ ਵੀ ਤੁਹਾਡੇ ਕੋਲ ਰਹਿਣਾ ਮੈਂ। ਅੰਕਲ ਹੈਨਾ? ਅੰਕਲ ਉਹਦੇ ਹਸਾਬ ਜਾ ਲਾ ਲੈਣ ਵੀ ਮਤਲਬ ਅੰਕਲ ਤੇ ਚਲੋ ਭਾਵੇਂ ਹਸਾਬ ਲਾ ਲਾਉਣ ਆਂਟੀ ਹਸਾਬ ਲਾ ਲੈ ਵੀ ਮੈਂ ਤੈਨੂੰ ਕਹਾਂ ਕਿ ਕੁੰਡੀ ਲਾ ਓ ਇਹਨਾਂ ਨੂੰ ਤੋੜ ਦੋ ਮੁੜ ਕੇ ਨਾ ਹੋਵੇ ਤੁਹਾਡਾ ਵੀ ਮੇ ਬੋਰੀਆ ਬਿਸਤਰਾ ਨਾਲ ਹੀ ਪੈਕ ਕੀਤਾ ਓਏ ਹਾਂ ਹੋਰ ਸੁਣਾਓ ਬੱਸ ਗੁਰਪ੍ਰੀਤ ਜੀ ਔਰੁਣ ਮੈਂ ਹੀ ਸੁਣਾ ਦਿਆ ਸੁਣਾਓ ਹਾਜ ਭਲਾ ਮੈਨੂੰ ਨਹੀਂ ਆਉਂਦੀ ਨਹੀਂ ਨਹੀਂ ਕੋਸ਼ਿਸ਼ ਤੇ ਕਰੋ ਹੀ ਰੱਖਦੀ ਜੋਗਿਆ ਝੂਠ ਬੋਲੇ ਇਹ ਨਹੀਂ ਕਹਿੰਦੀ ਔਨੀਰ ਕਿਉਂ ਇੰਨੀ ਵਾਰ ਕਹਿਤਾ ਜੋਗੀ ਦੀ ਪੰਜਾਂ ਰਾਂ ਲੜਾਈ ਵੀ ਹੋਈ ਹੈ ਹਾਂ ਕਹਿੰਦੇ ਹਰ ਵੇਲੇ ਕੀ ਤੂੰ ਮਤਲਬ ਠੇਕਾ ਲਿਆ ਮੈਨੂੰ ਛੂਟਾ ਕਹਿਣ ਦੇ ਹੋਇਆ ਅਖੀਰ ਮੁਰਕੇ ਉਹਨਾਂ ਦਾ ਰਾਜਨਾਮਾ ਵੀ ਉਹ ਹਟਿਆ ਉਹ ਕਹਿੰਦੇ ਵੀ ਇਸ ਵਕਲ ਨੂੰ ਤਾਂ ਲੜਾਈ ਹੋਣੀ ਨਹੀਂ ਕਿਉਂਕਿ ਹੁਣ ਮੁੰਛੀ ਨੂੰ ਪਤਾ ਲੱਗਾ ਠਾਣੇ ਨੂੰ ਕਹਿੰਦਾ ਬਿਆਰੇ ਨੇ ਕਹਿਣਾ ਵੀ ਹੀਰ ਆਖਦੀ ਹੈ ਜੋਗੀਏ ਝੂਠ ਬੋਲੇ ਜੋਗੀ ਚੱਕ ਕੇ ਹੱਟ ਮਾਰਨ ਦਾ ਸਿਰ ਬਾਹਰ ਚ ਐ ਮੁਰਕੇ ਛੱਬੀ ਦਾ ਪਰਚਾ ਕਟਾਉਂਦੇ ਹੋਏ ਮੁਰਕੇ ਹੀਰ ਦੇ ਟਾਂਕੇ ਲਵਾਉਂਦੀ ਫਿਰਦੀ ਹੈ ਬਿਲਕੁਲ ਇਹ ਸਿਆਣੇ ਸਤ 57 ਬਣਾਉਣ ਤੋਂ ਬਚੋ ਅੱਛਾ ਹਾਂ ਲੜਾਈ ਝਗੜੇ ਦਾ ਕੰਮ ਏ ਤੀ ਕੈ ਗੁਰਪ੍ਰੀਤ ਅੱਛਾ ਗੁਰਪ੍ਰੀਤ ਮੈਂ ਤੁਹਾਨੂੰ ਦੱਸਾਂ ਇੱਕ ਚੀਜ਼ ਦੱਸੋ ਅੱਜ ਤੱਕ ਜਿਹੜਾ ਕੰਮ ਤੁਸੀਂ YouTube ਤੋਂ ਨਹੀਂ ਨਾ ਸਿੱਖਿਆ ਸਿੱਖਣ ਵਾਲੇ ਸਿੱਖ ਗਏ ਕਈ ਕੁਝ ਖੱਟ ਗਏ ਤੇ ਕਈ ਕੁਝ ਲੈ ਗਏ ਦੇਖੋ YouTube ਨੇ ਬਹੁਤ سارے ਲੋਕਾਂ ਦਾ ਭਲਾ ਕੀਤਾ ਤੇ ਫਿਲਹਾਲ ਅੱਜ ਦੇ ਦਿਨਾਂ ਦੇ ਵਿੱਚ YouTube ਜਿਹੜਾ ਉਹ ਲੋਕਾਂ ਦਾ ਬੀਪੀ ਵਧਾਉਣ ਦਾ ਕੰਮ ਕਰ ਰਿਹਾ ਹਾਉ ਉਹੋ ਆਪਣੇ ਭਾਈ ਸਾਹਿਬ ਪਲੀਜ਼ ਆਹ ਦੇਖੋ ਮੈਂ ਨਾਮ ਵੀ ਨਹੀਂ ਲਿਆ ਮੈਂ ਮਤਲਬ ਭਾਈ ਸਾਹਿਬ ਕਹੇ ਆਹ ਦੇਖੋ ਵਧਿਆ ਬੀਪੀ ਜੀਉਂਦੀ ਜਾਗਦੀ ਉਦਾਹਰਨ ਤੁਹਾਡੇ ਸਾਹਮਣੇ ਹੈ ਗੁਰਪ੍ਰੀਤ ਜੀ ਮੈਨੂੰ ਲਿਟਰਲੀ ਇੱਕ ਚੀਜ਼ ਸਮਝ ਨਹੀਂ ਆ ਰਹੀ ਕਿਉਂ ਦੇਖੋ ਜੀ ਦਿਸ ਇਜ਼ ਕਾਲਡ YouTube ਐਕਚੁਅਲੀ ਤੋਂ ਮੈਂ ਹੁਣ ਦੱਸਣ ਲੱਗਾ ਕਿ ਫੇਸਬੁੱਕ ਸੋਸ਼ਲ ਮੀਡੀਆ YouTube ਜਾਂ ਇਹ ਤਾਂ ਦਾ ਜੋ ਕੁਝ ਵੀ ਆਪਣਾ ਤੰਤਰ ਹੈ ਇਹ ਵਰਕ ਇਦਾਂ ਕਰਦਾ ਹਮ ਵਰਕ ਇਦਾਂ ਕਰਦਾ ਹੈ ਕਿ ਇਹ ਥੋੜਾ ਜਿਹਾ ਲੰਮਾ ਹੋਈ ਨਹੀਂ ਗੱਲਬਾਤ ਮੇਰੀ ਕਿਉਂਕਿ ਇਹਦੇ ਤੇ ਅੱਜ ਵਿਚਾਰ ਗੋਸ਼ਟੀ ਮੈਂ ਚਾਹੁੰਦਾ ਸੀ ਆਪਾਂ ਕਰੀਏ ਜ਼ਰੂਰ ਦੇਖੋ ਪਤਾ ਕੀ ਹੈ ਤੁਸੀਂ ਬੋਲਣਾ ਸ਼ੁਰੂ ਕਰੋ ਵੇਖੀ ਮੈਂ ਬੈਨੀਪਾਲ ਸਾਹਿਬ ਨੂੰ ਕਹੂੰਗੀ ਵੀ ਇੱਕ ਮਿੰਟ ਇੱਥੇ ਰੁਕ ਜਾਓ ਆਪਾਂ ਹੁਣੇ ਮਤਲਬ ਗਾਣੇ ਤੋਂ ਬਾਅਦ ਐਡ ਤੋਂ ਬਾਅਦ ਮਿਲਦੇ ਆ ਤੁਸੀਂ ਸ਼ੁਰੂ ਤਾਂ ਹੋ ਨਹੀਂ ਫਿਰ ਮੈਂ ਰੁਕ ਹੀ ਜਾਣਾ ਅੱਛਾ ਫੇਰ ਟੈਰ ਕੇ ਗੱਲ ਕਰਾਂਗੇ ਇਹ ਸਿਆਣੇ ਹੋ ਤੁਸੀਂ ਵੈਸੇ ਇਸ ਗੱਲ ਕੋਈ ਨਹੀਂ ਜੀ ਜਾਣਦੇ ਆਪਾਂ ਗਾਣੇ ਤੋਂ ਬਾਅਦ ਕੇ ਗੁਰਪ੍ਰੀਤ ਸੰਧਾ ਵਾਲੀਆ ਕੀ ਕਹਿਣਾ ਚਾਹੁੰਦਾ ਗਾਣਾ ਜੇ ਹੁਣ ਐਵੇਂ ਗਾਣੇ ਲੈ ਜਣੇ ਦੱਸੋ ਹੈ ਤੁਹਾਡੀ ਹਾਜ਼ਰੀ ਚੰਚੀ ਦਾ ਮੀਚਾ ਇਫ ਯੂ ਲਾਈਕ ਥਿਸ ਵੀਡੀਓ ਪਲੀਜ਼ ਸਬਸਕ੍ਰਾਈਬ ði ਚੈਨਲ ਲਾਈਕ ਐਂਡ ਸ਼ੇਅਰ ਥਿਸ ਵੀਡੀਓ ਹਜ਼ਰ ਹੈ ਜੱਜ ਦਾ ਵਿਚਾਰ ਹਾਂਜੀ ਹਰਮਨ ਜੀ ਹਾਂਜੀ ਦੱਸੋ ਦੱਸੋ ਤੁਸੀਂ ਸਾਨੂੰ ਕੋ ਸਮਝਾਉਣ ਲੱਗੇ ਸੀ ਐਸੀ ਉਦੋਂ ਦੀ ਤਿਆਰੀਆਂ ਖੇਚ ਲੀਆਂ ਪਾਪਾ ਜੀ ਨੇ ਉੱਧਰ ਜਿੰਨੇ ਜਵਾਕ ਆ ਨਾ ਕਰੇ ਉਹਨਾਂ ਨੂੰ ਵੀ ਲਾਗੇ ਲਿਆ ਕੇ ਬਿਠਾ ਲਿਆ ਵੀ ਗੁਰਪ੍ਰੀਤ ਕੁਝ ਕਹਿਣ ਲੱਗਾ ਸੁਣ ਕੇ ਜਾਓ ਜਰਾ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਾਡੀ ਵੀਡੀਓ ਤੁਹਾਨੂੰ YouTube ਤੇ Facebook ਤੇ ਮਿਲਣੀ ਹੈ ਜਾ ਜੀ ਤੁਸੀਂ ਉੱਥੇ ਦੇਖ ਰਿਹਾ ਹੋ ਤਾਂ ਉਹ ਤੋਂ ਆਪਣਾ ਕਮੈਂਟ ਜ਼ਰੂਰ ਲਿਖਣਾ ਹੂੰ ਮੈਂ ਜੋ ਫੀਲ ਕੀਤਾ ਹੂੰ ਬੇਸਿਕਲੀ ਸੋਸ਼ਲ ਮੀਡੀਆ ਜਿਹੜੀ ਉਹਦੀ ਪਾਵਰ ਹੈ ਅਕੋਰਡਿੰਗ ਟੂ ਇੰਡੀਅਨ ਮੈਂਟੈਲਿਟੀ ਮੈਂ ਬਾਕੀ ਗੋਰੇਨ ਵਜੇ ਚੋਂ ਲਾਂਬੇ ਕਰ ਦਿੰਦਾ ਓਕੇ ਅਕੋਰਡਿੰਗ ਟੂ ਇੰਡੀਅਨ ਮੈਂਟੈਲਿਟੀ ਜਾਂ ਏਸ਼ੀਅਨ ਮੈਂਟੈਲਿਟੀ ਪਾਕਿਸਤਾਨ ਵਾਲੇ ਆਪਣੇ ਭਾਂਟ ਭਰਾਈ ਆ ਹਾਂਜੀ ਬਿਲਕੁਲ ਆਪਾਂ ਨਾ ਕੌਂਟਰੋਵਰਸੀ ਨੂੰ ਬਹੁਤ ਛੇਤੀ ਫੜਦੇ ਹਾਂ ਮੰਨ ਲਓ ਕੌਂਟਰੋਵਰਸੀ ਉਹਦੇ ਵਿੱਚ ਇੱਕ ਫਿਊਲ ਦਾ ਕੰਮ ਕਰਦੀ ਇੱਕ ਚੀਜ਼ ਹੈ ਉਹਦੇ ਵਿੱਚ ਕੌਂਟਰੋਵਰਸੀ ਐਡ ਹੋਈ ਉਹ ਹੋਰ ਵਾਇਰਲ ਹੋਏਗੀ ਹੋਰ ਕੌਂਟਰੋਵਰਸੀ ਐਡ ਹੋਈ ਉਹ ਹੋਰ ਵਾਇਰਲ ਹੋਏਗੀ ਸੇਮ ਥਿੰਗ ਤੁਸੀਂ ਅੱਜ ਦੀ ਡੇਟ ਦੇ ਵਿੱਚ ਦੇਖ ਲਓ ਤਾਂ ਸੋਸ਼ਲ ਮੀਡੀਆ ਤੁਹਾਡਾ ਬੀਪੀ ਇਸ ਕਰਕੇ ਵਧਾਉਂਦਾ ਤੁਸੀਂ ਫੇਸਬੁੱਕ ਤੇ ਮਤਲਬ ਅੱਜ ਕੱਲ ਤਾਂ ਇਹ ਵੀ ਹੋ ਗਿਆ ਨਾ ਵੀ ਤੁਸੀਂ ਉਹ ਸਾਹਮਣੇ ਆਉਂਦੀ ਨਾਲ ਨਾਲ ਵੀਡੀਓ ਚੱਲਣ ਲੱਗ ਪੈਂਦੀ ਹੈ ਮੈਂ ਹੈਰਾਨ ਹੁਣਾ ਹੁਣਾ ਕਿ ਵੀ ਪਤਾ ਨਹੀਂ ਕਿਉਂ ਖਾਸ ਕਰ ਸਾਡੇ ਪੰਜਾਬੀਆਂ ਨੂੰ ਕੀ ਹੋ ਗਿਆ ਲਾਈਵ ਕਤਲਾਂ ਦੀਆਂ ਵੀਡੀਓਜ਼ ਬੰਦਾ ਵੜਦਿਆਂ ਟੁਕਦਿਆਂ ਦੀਆਂ ਵੀਡੀਓਜ਼ ਗਰਲ ਲਾਉਂਦਿਆਂ ਦੀਆਂ ਵੀਡੀਓਜ਼ ਉਸ ਤੋਂ ਬਾਅਦ ਕਿਸੇ ਨਾਲ ਕੁਝ ਐਕਸੀਡੈਂਟ ਦੇ ਵਿੱਚ ਮਾੜਾ ਵਾਪਰਦਿਆਂ ਦੀਆਂ ਵੀਡੀਓਜ਼ ਇਨਕ ਜ਼ਿਆਦਾ ਉਹ ਚੀਜ਼ਾਂ ਪੈ ਗਈਆਂ ਮੈਂ ਅੱਜ ਤੱਕ ਸੌਰੀ ਟੂ ਸੇ ਜਾਂ ਮੈਂ ਸ਼ਾਇਦ ਵੇਂਦਾ ਨਹੀਂ ਜਾਂ ਮਨੂੰ ਨਜ਼ਰ ਨਹੀਂ ਆਉਂਦੀਆਂ ਜਾਂ ਪਤਾ ਨਹੀਂ ਪੈਂਦੀਆਂ ਹੀ ਨਹੀਂ ਮਤਲਬ ਮੇਰਾ ਤਜਰਬਾ ਤੁਸੀਂ ਆਪਣਾ ਦੱਸਿਓ ਕੋਈ ਪੋਜ਼ਿਟਿਵ ਨੋਟ ਵਾਲੀ ਵੀਡੀਓ ਮੈਂ ਫੇਸਬੁੱਕ ਤੇ ਨਹੀਂ ਵੇਖੀ ਜੀ ਪੰਜਾਬੀਆਂ ਵੱਲੋਂ ਪਈ ਹੋਈ ਨਹੀਂ ਨਹੀਂ ਉਹਦੇ 'ਚ ਇੱਕ ਹੋਰ ਅੱਗੇ ਉਹ ਟਵਿਸਟ ਆ ਜਿਹੜਾ ਉਹ ਇਹ ਆ ਕਿ ਜੇ ਉਹ ਪੈਂਦੀ ਵੀ ਆ ਤਾਂ ਅਸੀਂ ਲੋਕ ਉਹਨੂੰ ਕੋਈ ਤਵੱਜੋ ਨਹੀਂ ਦਿੰਦੇ ਯਾ ਕਿ ਐਵੇਂ ਗਿਆਨ ਵੰਡੀ ਜਾਂਦੇ ਪਾਸੇ ਕਰੋ ਇਹਨੂੰ ਹੋਰ ਕੁਝ ਦੇਖਦੇ ਹਾਂ ਹਾਂ ਮੇਬੀ ਮੇਬੀ ਹੁਣ ਇੱਕ ਪਾਸੇ ਤੁਸੀਂ ਦੇਖੋ ਤੁਸੀਂ ਗੋਰੇ ਨੂੰ ਦੇਖੋ ਥੋੜਾ ਜਿਆ ਹੂੰ ਉਹ ਆਪਣੇ ਕਿਊਟ ਕਿਊਟ ਨਿਆਣਿਆਂ ਦੀਆਂ ਕਿਊਟ ਕਿਊਟ ਵੀਡੀਓਜ਼ ਪਾਉਣਗੇ ਹਾਂ ਆਪਣੇ ਵੱਲੋਂ ਕੁਝ ਇਨੋਵੇਟਿਵ ਕੀਤਾ ਹੋਏਗਾ ਉਹ ਵੀ ਵੀਡੀਓ ਪਾਉਣਗੇ ਆਪਣੇ ਵੱਲੋਂ ਕੁਝ ਕਿਸੇ ਦੀ ਹੈਲਪ ਕੀਤੀ ਹੋਊਗੀ ਜਿੱਦਾਂ ਇੱਕ ਪਿਛੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿਉਂਕਿ ਬੰਦਾ ਉਹ ਸਿੰਕ ਹੌਲ ਜਿਹੇ ਦੇ ਵਿੱਚ ਸਿੰਕ ਕਰ ਚੱਲਿਆ ਸੀਗਾ ਤੇ ਕਿਵੇਂ ਉਹ ਕੁੜੀ ਉਸ ਤੋਂ ਬਾਅਦ ਉਹਦੇ ਨਾਲ ਦੇ ਫਰੈਂਡਸ ਉਹਨੂੰ ਬਚਾਉਂਦੇ ਨੇ ਹੂੰ ਤੇ ਦੂਸਰੇ ਪਾਸੇ ਆਪਣੇ ਵਾਲੀਆਂ ਇਧਰ ਵੀਡੀਓਜ਼ ਆ ਦੇਖੋ ਕਿਵੇਂ ਵੱਡਿਆ ਬੰਦਾ ਓਏ ਹੋਏ ਬੰਦਾ ਐ ਆਹ ਦੇਖੋ ਕਿਵੇਂ ਚੱਲੀਆਂ ਡਾਂਗਾ ਲੋ ਚੱਕਤਾ ਹਾਂ ਲਾਈਵ ਕਵਜਾ ਲਾਈਵ ਫਲਾਣਾ ਹਾਂ ਇਹ ਜਿਹੜੀ ਚੀਜ਼ ਆ ਜਾਂ ਜਿਹੜੀ ਸਾਈਕੀ ਆ ਇਹ ਆਪਾਂ ਨੂੰ ਕਿੱਥੇ ਲੈ ਕੇ ਜਾਊਗੀ ਇਹਨੂੰ ਆਪਾਂ ਥੋੜਾ ਜਿਹਾ ਜਜ ਕਰ ਲਈਏ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਇੰਟਰਨੈਟ 4G ਬਣਿਆ ਹੈ ਇਹ ਦਾ ਮਤਲਬ ਘਰ ਦੇ ਜਿਹੜੇ 4G ਸੀ ਉਹਨੇ 4G ਨੇ ਖਾ ਲਏ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਪੀਡ ਹੋਰ ਵਧਣੀ ਹੈ ਇਹ ਜਿਹੜੀ ਸਿਆਪੇ ਹੂੰ ਬਧੀਆ ਸ਼ਬਦ ਹਨ ਬਿਲਕੁਲ ਐਪਰੋਪਰੀਏ ਇਹ ਹੋਰ ਵਧਨੇ ਨੇ ਤੇ ਆਪਾਂ ਆਪਣੀ ਆਉਣ ਵਾਲੀਆਂ ਜਨਰੇਸ਼ਨਸ ਕਿਸ ਪਾਸੇ ਲੈ ਕੇ ਜਾਵਾਂਗੇ ਇਹ ਪੰਜਾਬੀਆਂ ਨੂੰ ਹੁਣ ਸੋਚਣਾ ਪੈਣਾ ਇਹ ਡੈਫੀਨਿਟਲੀ ਸੋਚਣਾ ਪੈਣਾ ਪਲੱਸ ਇੱਕ ਜਿਹੜੀ ਬੇਨਤੀ ਹੈ ਉਹ ਇਹ ਆ ਕਿ ਸਾਨੂੰ ਅਸੀਂ ਜਿਹੜੇ ਵੀ ਸੋਸ਼ਲ ਮੀਡੀਆ ਦੇ ਉੱਪਰ ਜੋ ਵੀ ਕਮੈਂਟਸ ਕਰਦੇ ਆ ਇਹ ਚੀਜ਼ ਨੂੰ ਪਲੀਜ਼ ਧਿਆਨ ਨਾਲ ਸੁਣਿਆ ਜਾਏ ਦੇਖਿਆ ਜਾਏ ਕਿ ਜੋ ਵੀ ਆਪਾਂ ਸੋਸ਼ਲ ਮੀਡੀਆ ਤੇ ਕਮੈਂਟਸ ਕਰਦੇ ਆ ਚਾਹੇ ਉਹ YouTube ਹੈ ਚਾਹੇ Facebook ਹੈ ਪਲੀਜ਼ ਇਹ ਹੱਥ ਜੋੜ ਕੇ ਬੇਨਤੀ ਸੋਚ ਸਮਝ ਕੇ ਲਿਖਿਆ ਕਰੀਏ ਕਿਉਂਕਿ ਅਸੀਂ ਆਪਣੇ ਵੱਲੋਂ ਆਪਣੀ ਟੌਰ ਟੌਰ ਦੇ ਵਿੱਚ ਬਹੁਤ ਕੁਝ ਲਿਖਦੇ ਆਂ ਆਪਣੀ ਸੋਚ ਸਮਝ ਦਿਖਾ ਕੇ ਬਹੁਤ ਕੁਝ ਲਿਖਦੇ ਆਂ ਆਪਣੀ ਨੌਲੇਜ ਦਿਖਾ ਕੇ ਬਹੁਤ ਕੁਝ ਲਿਖਦੇ ਆਂ ਸੋ ਕਾਲ ਨੌਲੇਜ ਜਿਦੇ ਚ ਗਾਲਾਂ ਦੀ ਵਰਤੋਂ ਜਿਦੇ ਚ ਹੋਰ ਵਰਡਸ ਦੀ ਵਰਤੋਂ ਕਰਦੇ ਆਂ ਪਰ ਅਸੀਂ ਉੱਥੇ ਇਹ ਨਹੀਂ ਸੋਚਦੇ ਵੀ ਗਾਹੇ ਬਗਾਹੇ ਹੋਰ ਜੜੀਆਂ ਧੀਆਂ ਭੈਣਾਂ ਨੇ ਜਾਂ ਹੋਰ ਜਿਹੜੇ ਸਿਆਣੇ ਬੰਦੇ ਨੇ ਜਾਂ ਹੋਰ ਜਿਹੜੇ ਲੋਕ ਨੇ ਉਹ ਵੀ ਇਸੇ ਸੋਸ਼ਲ ਮੀਡੀਆ ਦੇ ਉੱਪਰ ਵਿਚਰਦੇ ਨੇ ਉਹ ਵੀ ਇਹਨਾਂ ਚੀਜ਼ਾਂ ਨੂੰ ਵੇਖਦੇ ਨੇ ਐਂਡ ਅਸੀਂ ਉਦੋਂ ਨ ਲੇ ਕੇ ਆਪਣੇ ਆਪ ਨੂੰ ਟੌਰ ਮਾਰ ਲਈ ਪਰ ਅਸੀਂ ਇਹ ਨਹੀਂ ਸੋਚਦੇ ਕਿ ਬਾਅਦ ਚ ਜਿਹੜੇ ਲੋਕ ਉਹ ਕਮੈਂਟਸ ਪੜ੍ਹਦੇ ਨੇ ਜਾਂ ਜਿਹੜੇ ਲੋਕ ਉਹ ਸਾਰੀਆਂ ਚੀਜ਼ਾਂ ਨੂੰ ਘੋਖਦੇ ਨੇ ਉਹਨਾਂ ਦੀ ਸਾਈਕੀ ਦੇ ਉੱਪਰ ਬੱਚਿਆਂ ਦੀ ਸਾਈਕੀ ਦੇ ਉੱਪਰ ਇਸ ਚੀਜ਼ ਦਾ ਕੀ ਇਫੈਕਟ ਹੁੰਦਾ ਹੋਊਗਾ ਬਿਲਕੁਲ ਸਹੀ ਗੱਲ ਹੈ ਜੀ ਕਿਤਨਾ ਕਿਤੇ ਮੇਰਾ ਖਿਆਲ ਆ ਕਿ ਖਾਸ ਕਰਕੇ ਜਿਹੜੀ ਪੰਜਾਬੀ ਕਮਿਊਨਿਟੀ ਹੈ ਕਿਉਂਕਿ ਆਪਾਂ ਬਹੁਤ ਬਾਹਰ ਬੈਠੇ ਆ ਜੀ ਹੁਣ ਆਪਣੇ ਉਹ ਬਾਹਰਲੇ ਲੋਕ ਤੇ ਪਲੱਸ ਜਿਹੜੀ ਹੁਣ ਪੰਜਾਬੀਆਂ ਦੀ ਨਵੀਂ ਪੀੜ੍ਹੀ ਹੈ ਪੰਜਾਬ ਦੇ ਵਿੱਚ ਇੰਡੀਅਨਸ ਦੀ ਪੀੜ੍ਹੀ ਦੀ ਮੈਂ ਗੱਲ ਕਰ ਰਿਹਾ ਉਹ ਬਹੁਤ ਜ਼ਿਆਦਾ ਅਪ ਟੂ ਦਾ ਡੇਟ ਹੈ ਇਸ ਚੀਜ਼ ਨੂੰ ਉਹਦੇ ਵਿੱਚ ਆਪਾਂ ਨੂੰ ਇਹ ਸਾਰੇ ਕੁਝ ਨੂੰ ਮੇਰੇ ਖਿਆਲ ਨਾਲ ਕਿਤਨਾ ਕਿਤੇ ਓਨ ਰੈਸਟ੍ਰਿਕਸ਼ਨਸ ਲਾਉਣ ਦੀ ਲੋੜ ਹੈਗੀ ਹੈ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਨੇ ਆਪਾਂ ਨੂੰ ਆਣ ਕੇ ਰੋਕਣਾ ਹੈਗਾ ਆਪਾਂ ਨੂੰ ਸੈਲਫ ਰੈਸਟ੍ਰਿਕਸ਼ਨਸ ਲਾਉਣੀਆਂ ਪੈਣੀਆਂ ਜਦ ਤੱਕ ਆਪਾਂ ਉਸ ਚੀਜ਼ ਦੀ ਓਨਰਸ਼ਿਪ ਲੈ ਕੇ ਉਹਨੂੰ ਸਟ੍ਰਿਕਟ ਨਹੀਂ ਕਰਦੇ ਯਾਰ ਇਹ ਕੰਮ ਨਹੀਂ ਹੈ ਠੀਕ ਜੇ ਮੈਂ ਉਹਨੂੰ ਪ੍ਰਮੋਟ ਨਾ ਕਰਾਂ ਉਹਨੇ ਦੇਰ ਤੱਕ ਉਹਦਾ ਮਸਲਾ ਨਹੀਂ ਹੱਲ ਹੋਣਾ ਹਾਂਜੀ ਹਰਮਨ ਜੀ ਤੁਸੀਂ ਮੈਨੂੰ ਨਹੀਂ ਪੁੱਛਿਆ ਵੀ ਮੈਂ YouTube ਦੀ ਗੱਲ ਕਿਥੋਂ ਜਿਹੜੀ ਆਪਾਂ ਤਾਂ ਮਤਲਬ ਸਿਆਣਾ ਹੀ ਬਣ ਗਏ ਮੈਂ ਤੁਹਾਨੂੰ ਦੱਸਾਂ ਇਹ ਸਚਾਈ ਮੈਂ ਨਾ ਬੜੇ ਦਿਨਾਂ ਦੀ ਇਹ ਗੱਲ ਕਰਨੀ ਲੋਚਦਾ ਸੀਗਾ ਫਿਰ ਮੈਨੂੰ ਲੱਗਿਆ ਕਿ ਆਈ ਥਿੰਕ ਇਹ ਆਪਣਾ ਸ਼ੋਅ ਬੜਾ ਐਪਰੋਪਰੀਏਟ ਪਲੇਟਫਾਰਮ ਹੈ ਜਿਹਨੇ ਲੋਕਾਂ ਦੇ ਵਿੱਚ ਦੇਖਿਆ ਜਾਂਦਾ ਸੋ ਇਸ ਕਰਕੇ ਮੈਂ ਇਹ ਗੱਲ ਕੀਤੀ ਹਾਂ ਨਾਲੇ ਆਪਣੀਆਂ ਗਲਤੀਆਂ ਆਪਾਂ ਸੁਧਾਰਾਂਗੇ ਤਾਂ ਵਧੀਆ ਕੋਈ ਬਗਾਨਾ ਆ ਕੇ ਆਪਾਂ ਨੂੰ ਕਹੇਗਾ ਤਾਂ ਫਿਰ ਉਹ ਚੀਜ਼ ਚੁੱਬਦੀ ਹੈ ਹੈਨਾ ਅੱਛਾ ਬਾਕੀ ਮੈਂ YouTube ਦੀ ਗੱਲ ਕਿਉਂ ਕਰ ਰਹੀ ਸੀ ਬੇਸਿਕਲੀ ਇੱਕ ਬੰਦਾ ਪੁਲਿਸ ਵਾਲਿਆਂ ਨੇ ਫੜਿਆ ਇਹ ਆਪਣੇ ਪੰਜਾਬ ਦੀ ਘਟਨਾ ਹੈ ਗੁਰਪ੍ਰੀਤ ਜੀ ਮਾਣ ਮਹਿਸੂਸ ਕਰੋ ਥੋੜਾ ਜਿਹਾ ਮਾਣ ਹੁਣ ਨਾ ਘਾਟ ਮਹਿਸੂਸ ਹੁੰਦਾ ਕਿਉਂ ਕੌਣ ਕੌਣ ਦਾ ਕੰਮ ਹੀ ਫੜਨਾ ਬੰਦਾ ਨਹੀਂ ਫੜਿਆ ਕਿਉਂ ਇਹ ਤਾਂ ਪੁੱਛੋ अच्छा हां क्रिएटिविटी कोई क्रिएटिविटी ਤਾਂ ਵਾਦੂ ਮਤਲਬ ਉਹਨੇ ਸ਼ੁਗਰ ਕਰੋ ਆਪਣੀ ਵੀਡੀਓ ਨਹੀਂ ਅਪਲੋਡ ਕਿਤੇ ਕਰਦੀ ਪੁੱਛਾ ਜੀ हां ਨਹੀਂ ਤਾਂ ਉਹਦਾ ਕੰਮ ਇੰਨਾ ਨਹੀਂ ਸੀ ਚੱਲਣਾ ਹੋਇਆ ਕੀ ਨਕਲੀ ਨੋਟ ਛਾਪਦਾ ਸੀ ਬੰਦਾ ਪੁੱਛਾ ਜੀ ਬੇਸਿਕਲੀ ਫੋਟੋਗ੍ਰਾਫਰ ਸੀ ਕਲਰ ਪ੍ਰਿੰਟਰ ਸੀ ਉਹਦੇ ਕੋਲ ਹਨਾ ਨੋਟ ਛਾਪਦਾ ਸੀ ਨਕਲੀ ਐਂਡ ਜਿੱਦਾਂ ਲੱਖ ਰੁਪਏ ਦੀ ਜਿਹੜੀ ਨਕਲੀ ਕਰੰਸੀ ਆ ਉਹ 40000 ਚ ਦੇ ਦੇਣੀ ਹਨਾ ਜਦੋਂ ਪੁਲਸ ਵਾਲਿਆਂ ਨੇ ਅੜਿੱਕੇ ਆ ਗਿਆ ਉਹਨਾਂ ਨੇ ਪੁੱਛ ਪੜਤਾਲ ਕੀਤੀ ਵੀ ਆਖਿਰਕਾਰ ਤੈਨੂੰ ਇਹ ਕਿਵੇਂ ਪਤਾ ਲੱਗਿਆ ਕੀ ਚੱਕਰ ਆ ਤੇ ਬੰਦਾ ਕਹਿੰਦਾ ਜੀ ਮੈਂ YouTube ਤੋਂ ਨਾ ਨੋਟ ਛਾਪਣ ਦਾ ਤਰੀਕਾ ਸਿੱਖਿਆ ਸੀ ਬਹੁਤ ਕਮਾਲ ਇਹ ਵੈਸੇ ਸਹੀ ਆ ਆ ਤੁਸੀਂ ਵਧੀਆ ਗੱਲ ਛੇੜਤੀ ਇਹ ਇੱਕ ਬੰਦਾ ਫੜਿਆ ਗਿਆ YouTube ਤੇ ਬੰਬ ਬਣਾਉਣ ਦੇ ਤਰੀਕੇ ਪਾ ਰੱਖੇ ਰੁਕ ਆ ਬਹੁਤ ਸਾਰੀਆਂ ਚੀਜ਼ਾਂ ਨੇ ਅਨਲਿमिटेड ਕਿਡਨੈਪ ਕਰਨ ਦੇ ਤਰੀਕੇ ਮਤਲਬ ਜੁਰਾਇਮ ਇਨੂੰ ਆਪਾਂ ਜੁਰਮ ਕਹਿ ਦਿੰਨੇ ਆ ਉਸ ਜੁਰਮ ਨੂੰ ਕਰਨ ਦੇ ਅਲੱਗ-ਅਲੱਗ ਤਰੀਕੇ ਉਹਦੇ ਤੇ ਪਾਏ ਗਏ ਬਿਲਕੁਲ ਪਤਾ ਨਹੀਂ ਉਹਦੇ ਤੇ YouTube ਵੱਲੋਂ ਕੋਈ ਬੈਨ ਕੋਈ ਰੈਸਟ੍ਰਿਕਸ਼ਨ ਕਿਉਂ ਨਹੀਂ ਲਗਾਈ ਜਾਂਦੀ ਆ ਡੋਨਟ ਨੋ ਮਤਲਬ ਇਹ ਸਮੇਂ ਤੋਂ ਬਾਹਰ ਨਹੀਂ ਗੱਲਾਂ ਨੇ ਕਿ ਹੁਣ ਇਹ ਜੋ ਕੁਝ ਵੀ ਵਾਪਰਦਾ ਜਿੱਦਾਂ ਵੀ ਹੈਗਾ ਇਹ ਕਿਤੇ ਨਾ ਕਿਤੇ ਜਾ ਕੇ ਮੇਰੇ ਖਿਆਲ ਨਾਲ ਇਨਸਾਨੀਅਤ ਦਾ ਕਾਣ ਜ਼ਰੂਰ ਕਰੇ ਹੈਨਾ ਇਹ ਆਪਾਂ ਇਹ ਨਹੀਂ ਕਹਿ ਸਕਦੇ ਜਿਸ ਹਿਸਾਬ ਨਾਲ ਇਹ ਖੁੱਲਾ ਕੰਮ ਤੁਰਿਆ ਜਿਹੜਾ ਮਰਜ਼ੀ ਜੋ ਮਰਜ਼ੀ ਛਾਪੀ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਆਪਾਂ ਹੋ ਸਕਦਾ ਵੀਡੀਓ ਨਹੀਂ ਵੇਖੀ ਜਾਂ ਵੇਖੀ ਪਰ ਜਿਸ ਬੰਦੇ ਦੀ ਜੋ ਸਾਈਕੀ ਸੈਟੂਗਾ ਇਹ ਦੀ ਡੇਟ ਜਤਾਏ ਹਾਲ ਹੋਗਾ YouTube ਤੇ ਜਾ ਕੇ ਤੁਹਾਡੇ ਦਿਮਾਗ ਕੁਝ ਵੀ ਆ ਜੇ ਨਾ ਹਾਂ ਤੁਸੀਂ ਕੁਝ ਵੀ ਲਿਖੋ ਤੇ ਉਹਦੇ ਤੇ ਉਹ ਤੇ ਕੁਝ ਵੀ ਦੇ ਨਾਲ ਰਿਲੇਟਡ ਵੀ ਕੁਝ ਨਾ ਕੁਝ ਆ ਜਾਂਦਾ ਹੈ ਨਾ ਜਿੱਦਾਂ ਇਹ ਮੋਸਟਲੀ ਨਾ ਆਪਣੇ ਖਾਣ ਪੀਣ ਦੇ ਵਿੱਚ ਹੁੰਦੀ ਜਿੱਦਾਂ ਕਿ ਇਹਨੂੰ ਪੁੱਛਣਾ ਭਾਈ ਫਿਰ ਕੀ ਖਾਓਗੇ ਉਹ ਯਾਰ ਕੋਈ ਮੰਨਤਾ ਨਹੀਂ ਮਤਲਬ ਚਲੋ ਲੈਓ ਕੁਝ ਨਾ ਕੁਝ ਤੁਸੀਂ ਉਹ ਕੁਝ ਵੀ ਲਿਆਓ ਹਾਂ ਉਹ ਵੀ ਭਰਦੇ ਉਹ ਵੀ ਨਿਕਲ ਆਉਂਦਾ ਕੁਝ ਨਾ ਕੁਝ ਸੋ ਇਹ ਇਹ ਵਾਕਿਆ ਗੱਲ ਸਹੀ ਆ ਵੀ ਹੁਣ ਦੇਖੋ ਬੰਦਾ ਵਿਚਾਰਾ ਵਿਆਹਾਂ ਦੇ ਫੋਟੋਆਂ ਫੂਟਾ ਖਿੱਚਣੀਆਂ ਕਿੱਡਾ ਵਧੀਆ ਉਹਦਾ ਕੰਮ ਹੋਊਗਾ ਤੇ ਕਿੱਥੇ ਉਹਦੇ ਦਿਮਾਗ 'ਚ ਆਇਆ ਵੀ ਯਾਰ ਕਿ ਉਹਨਾਂ ਨੂੰ ਨੋਟਸ਼ਾਪ ਦੇ ਹਾਂ ਇਹਨਾਂ ਕੋਲ ਕੋਈ ਵੇਲ ਸੀ ਆ ਉਹਦੇ ਕੋਲ ਇੰਟਰਨੈਟ ਸੀਗਾ ਉਹਦੇ ਕੋਲ YouTube ਸੀਗੀ ਫਿਰ ਉਹਨੇ ਦੇਖਿਆ ਵੀ ਲੈ ਆ ਜਿਹੜੀ ਚੀਜ਼ ਨਾ ਸਿਖਾਉਣ ਦੇ ਤੇ ਆਪਣੇ ਕੋਲ ਪਿਆ ਜਗਾ ਹਾਂ ਚਲੋ ਟਰਾਈ ਕਰਦੇ ਆ ਛਾਪੋ ਹਾਂ ਮੋੜ ਕੇ ਤੇ ਮੇਰੇ ਖਿਆਲ ਨਾਲ ਸਿੱਧਾ ਬੰਦਾ 1 ਲੱਖ ਤੇ ਨਹੀਂ ਗਿਆ ਹੋਣਾ ਹੂੰ ਉਨੇ ਪਹਿਲਾਂ 10 50 100 ਛਾਪ ਕੇ ਦੇਖੇ ਹੁਣ ਹਾਂ ਉਹ ਚਲਾ ਕੇ ਦੇਖਿਆ ਹੋਣਾ ਵੀ ਚੱਲ ਗਿਆ ਤਾਂ ਠੀਕ ਹੈ ਹਾਂ ਜਦੋਂ ਨੇ ਵੇਖਿਆ ਵੀ ਹੁਣੇ ਚੱਲ ਪਿਆ ਕੰਮ ਫਿਰ ਉਹ ਛਾਪੂ ਫੇਕ ਆ ਦੀ ਟੈਨਸ਼ਨ ਆ ਨਹੀਂ ਪਰ ਗੁਰਪ੍ਰੀਤ ਜੀ ਨਾਲ ਦੇ ਨਾਲ ਸਵਾਲ ਇਹ ਵੀ ਹੈ ਨਾ ਵੀ ਜੇ ਉਹ 1 ਲੱਖ ਦੀ ਕਰੰਸੀ 40000 ਚ ਦਿੰਦਾ ਸੀ ਥੈਟ ਮੀਨਸ ਉਹ 1 ਲੱਖ ਦੀ ਕਰੰਸੀ ਵੀ ਤਾਂ ਕੋਈ ਲੈਂਦਾ ਹੋਊਗਾ ਉਹ ਤਾਂ ਦੇਖੋ ਦੁਨੀਆ ਦੇ ਵਿੱਚ ਗਾਹਕ ਹਰ ਚੀਜ਼ ਦਾ ਹੈਗਾ ਹੈ ਨਾ ਤੁਸੀਂ ਸਵਾਲ ਮੇਰੇ ਡੈਡ ਕਹਿੰਦੇ ਹੁੰਦੇ ਨੇ ਕਿ ਤੁਸੀਂ ਸਵਾਹ ਵੀ ਜੇ ਸਵਾਹ ਦੀ ਚੁਟਕੀ ਰੱਖ ਕੇ ਵੇਚਣੀ ਸ਼ੁਰੂ ਕਰੋ ਨਾ ਤੁਹਾਨੂੰ ਉਹਦਾ ਵੀ ਗਾਹ ਕਲੱਬ ਜੇਗਾ ਹਾਂ ਮਿਲ ਜਾਂਦਾ ਹੈ ਨਾ ਮਤਲਬ ਤੁਹਾਨੂੰ ਇੱਕ ਵੇਚਣ ਦਾ ਤਰੀਕਾ ਆਉਣਾ ਚਾਹੀਦਾ ਤੇ ਅਗਲੇ ਨੂੰ ਆਪਣੀਆਂ ਗੱਲਾਂ ਜੀ ਪਰਮੋਣ ਦਾ ਤਰੀਕਾ ਆਉਣਾ ਚਾਹੀਦਾ ਤੁਹਾਡੀ ਹਰੇਕ ਚੀਜ਼ ਮਤਲਬ ਤੁਸੀਂ ਜੋ ਮਰਜੀ ਭਾਵੇਂ ਸੁੱਕੇ ਪੱਤੇ ਰੱਖ ਕੇ ਵੇਚੋ ਉਹ ਵੀ ਵਿਕਣਗੇ ਸੁੱਕੇ ਪੱਤੇ ਦੂਰ ਦੀ ਗੱਲ ਹੁਣ ਤੇ ਮੂਤ ਪਾਥੀਆਂ ਵਿਕਣ ਲੱਗ ਪਿਓਰ ਕੀ ਚਾਹੀਦੇ ਦੱਸੋ ਅਗਲੇ ਕਹਿੰਦੇ ਬੋਤਲ ਕਿੱਡੀ ਕੀ ਚਾਹੀਦੀ ਉਹਦਾ ਰੇਟ ਵੱਖਰਾ ਹੈ ਪਾਥੀ ਦੇ ਹਿਸਾਬ ਤੋਂ ਤੁਸੀਂ ਆਪ ਲਾ ਲਓ ਕਾਉ ਡੰਕੇ ਹਾਂ ਚਾ ਮੈਂ ਪਛੇ ਉਹ YouTube ਤੇ ਤਾਂ ਨਹੀਂ ਮੈਂ ਵੇਖਿਆ ਘਰ ਇੱਕ ਵੈਬਸਾਈਟ ਤੇ ਗਿੱਲਾ ਗੋਆ ਵਿਗਦਾ ਸੀ ਸੀਰੀਅਸਲੀ ਹਾਂ ਉਹ ਪੈਕੇਟ ਇਸ ਕਰਕੇ ਵਿਗਦਾ ਸੀ ਕਿਉਂਕਿ ਕੋਈ ਹਵਨ ਹੀ ਜਾਗ ਦੇ ਵਿੱਚ ਨਾ ਉਹ ਇੱਕ ਪਾਰਟਿਕੂਲਰ ਗਾਂ ਦਾ ਗੋਆ ਉਹਦੇ ਥੱਲੇ ਪੋਚਾ ਨਹੀਂ ਮਾਰ ਦਿੰਦੇ ਉਹਦੇ ਲਈ ਸੱਚੀ ਸਰਾ ਉਹਦੀ ਹਜ਼ਰੇ ਜਾਂਚਦਾ ਵਿੱਚ ਆ ਇਫ ਯੂ ਲਾਈਕ ਥਿਸ ਵੀਡੀਓ ਪਲੀਜ਼ ਸਬਸਕ੍ਰਾਈਬ ði ਚੈਨਲ ਲਾਈਕ ਐਂਡ ਸ਼ੇਅਰ ਥਿਸ ਵੀਡੀਓ ਹਾਜ਼ਰੇ ਚੰਚੀ ਦਾ ਮੀਚਾ ਹਾਂਜੀ ਹਰਮਨ ਜੀ ਫਿਰ ਹਾਂਜੀ ਗੁਪੀ ਜੀ ਕੀ ਕਹਿੰਦੇ ਮੈਂ ਕਿੰਨੀ ਆ ਵੀ ਤੁਸੀਂ ਨਾ ਟਮਾਟਰ ਖਾਇਆ ਕਰੋ ਦੋ ਗੱਲਾਂ ਮੈਨੂੰ ਪਤਾ ਲੱਗੀਆਂ ਕਿੰਨੀ ਜ਼ਿਆਦਾ ਇਹ ਮੇਰੀ ਸ਼ੁਭਚਿੰਤਕ ਹੈ ਮੈਂ ਜ਼ਿਕਰ ਕਰਾਂ ਹਾਂ 100 ਰੁਪਏ ਕਿਲੋ ਟਮਾਟਰ ਹੈ ਜੀ ਇਤੋਂ ਪਤਾ ਲੱਗਦਾ ਹੈ ਆਰਥਿਕ ਪੱਖੋਂ ਇਹ ਮੈਨੂੰ ਕੀ ਕਰਨਾ ਕਰਾਉਣਾ ਚਾਹੁੰਦੀ ਹੈ ਦੂਜੀ ਗੱਲ ਕਹਿੰਦੇ ਬਹੁਤੇ ਟਮਾਟਰ ਖਾਈਏ ਤੇ ਪਥਰੀ ਹੋ ਜਾਂਦੀ ਹੈ ਓ ਹੈਲੋ ਇਦਾਂ ਦੀ ਕੋਈ ਗੱਲ ਨਹੀਂ ਬਹੁਤੇ ਟਮਾਟਰ ਖਾਈਏ ਤਾਂ ਫਾਇਦਾ ਬੜਾ ਹੈ ਮੈਂ ਤੁਹਾਨੂੰ ਜੋ ਪ੍ਰਚਲਿਤ ਘਟਨਾਵਾਂ ਉਹਨਾਂ ਦੀ ਗੱਲ ਕਰ ਰਹੀਆਂ ਨਹੀਂ ਮੈਂ ਤਾਂ ਜੋ ਪ੍ਰਚਲਿਤ ਵਿਗਿਆਨੀਆਂ ਵੱਲੋਂ ਰਿਸਰਚ ਕੀਤੀ ਗਈ ਆ ਉਹਦੀ ਗੱਲ ਕਰ ਰਹੀਆਂ ਵਿਗਿਆਨੀਆਂ ਦੀ ਰਿਸਰਚ ਮੈਂ ਨਾ ਗਈ ਠੱਠੇ ਕੋਈ ਤੁਹਾਨੂੰ ਹੋਰ ਕਹਾਂ ਦਾਂ ਟਮਾਟਰਾਂ ਦੇ ਉੱਪਰ ਤੁਹਾਨੂੰ ਪਤਾ ਉਧਰ ਆ ਸਬਜ਼ੀ ਮੰਡੀਆਂ ਜਿਹੜੀਆਂ ਹੁਣ ਇੰਡੀਆ ਮਹਾਨ ਦੇ ਵਿੱਚ ਇਧਰ ਥੋੜੇ ਜਿਿਹੇ ਵਿਚਲੇ ਏਰੀਆਜ਼ ਦੇ ਵਿੱਚ ਰਫਲਾਂ ਵਾਲੇ ਬੰਦੇ ਰੱਖੇ ਉਹਨਾਂ ਟਮਾਟਰਾਂ ਦੇ ਆਰ ਯੂ ਸੀਰੀਅਸ ਹਾਂਜੀ ਉਹ ਕੋਈ ਆਰਟਿਆ ਸੀਗਾ ਰਾਤ ਨੂੰ ਉਹਦੀ ਦੁਕਾਨ ਤੇ ਟਮਾਟਰ ਲੈ ਕੇ ਲੁੱਟ ਕੇ ਹਾਂ ਉਹ ਮੈਂ ਸੁਣਿਆ ਦੋ ਬੋਰੀਆਂ ਪਤਾ ਨਹੀਂ ਟਮਾਟਰ ਹੀ ਚੋਰੀ ਹੋ ਗਏ ਆਹੋ ਰੱਬਾ 300 ਕਿਲੋ ਟਮਾਟਰ ਉਹਦਾ ਮਤਲਬ ਬੋਰੀ ਚ ਨਹੀਂ ਹੁੰਦਾ ਟਮਾਟਰ ਖੈਰ ਮੈਂ ਤੁਹਾਨੂੰ ਦੱਸ ਦਿਆਂ ਕਰੇਟ ਚ ਹੁੰਦਾ ਹੈ ਗਾ ਬੋਰੀ ਚ ਟਮਾਟਰ ਇੱਕ ਵਾਰ ਪਾਇਆ ਨਹੀਂ ਤੇ ਤੁਸੀਂ ਬਾਹਰ ਇਹਨੂੰ ਨਿਕਲਦਾ ਨਹੀਂ ਹੈ ਪੈਂਦਾ ਹੀ ਹੈ ਨਹੀਂ ਨਹੀਂ ਇਰਤੋਂ ਦੇ ਵਿੱਚ ਮੈਂ ਪਕੌੜਿਆਂ ਵਾਲਾ ਪ੍ਰੋਗਰਾਮ ਨਿਕਲਦਾ ਨਾ ਵੀ ਆਣਦੇ ਆਣੇ ਬਣੀ ਨਿਕਲਦੀ ਆ ਬਣ ਗਿਆ ਸਮਾਨ ਜਾ ਹੁਣੇ ਚ ਬਸ ਗ਼ੂਨ ਮਿਰਚਾਂ ਪਾਓ ਚਟਨੀ ਦਾ ਤਿਆਰੀ ਹੈ ਹੈਨਾ ਹਾਂ ਸੋ ਉਹਦੇ ਲਈ ਵੀ ਬੰਦੇ ਰੱਖੇ ਉਹਨੇ ਹੁਣ ਰਫਲਾ ਵਾਲੇ ਕੇ ਟਮਾਟਰਾਂ ਦੀ ਰਾਖੀ ਤੇਰੇ ਟਮਾਟਰਾਂ ਦੀ ਨਹੀਂ ਤੇਰੇ ਟਮਾਟਰ ਦੀ ਰਾਖੀ ਹੁਣ ਮੈਂ ਨਹੀਂ ਵੰਦੀ ਉਹ ਕਹਿੰਦਾ ਨਹੀਂ ਵੰਡਣਾ ਨਾ ਬੈ ਇਹ ਰਫਲਾ ਵਾਲੇ ਬੰਦੇ ਰੱਖ ਲੈ ਤੈਨੂੰ ਰਾਖੀ ਪਾਉਣਾ ਵੀ ਕਿਉਂ ਕਹਿੰਦਾ ਆ ਤੂੰ ਉੱਦੇ 2-4 ਕਿਲੋ ꙮੜੀ ਕਰ ਲੈਣੇ ਹਾਂ ਨਹੀਂ ਪਰ ਗੁਰਪ੍ਰੀਤ ਟਮਾਟਰ ਖਾਇਆ ਕਰੋ। ਅੱਛਾ ਕਿਦਾਂ ਮਤਲਬ? ਕਿਉਂਕਿ ਨਾ ਤੁਸੀਂ ਅੱਛਾ ਮੈਨੂੰ ਸਮਝ ਨਹੀਂ ਆਈ ਵਿਗਿਆਨੀਆਂ ਮੇਰਾ ਸੱਚੇ ਇਦਾਂ ਲੱਗ ਰਿਹਾ ਢਾ ਕੇ ਮੈਂ ਹੀ ਕੁੱਟਦੇ ਆ। ਨਹੀਂ ਇਦਾਂ ਨਾ ਕਹੋ ਤੁਹਾਡਾ ਪਿਆਰ ਬੜਾਏ ਤੇ ਮੈਂ ਹੀ ਹੋ ਦਾਂ। ਗੱਲ ਨਾ ਬੜੀ ਅਜੀਬ ਜਿਬ ਕਰਨ ਲੱਗੀ। ਕਿ ਇਹ ਮੈਂ ਹੀ ਉਹਨਾਂ ਦਾ ਵਿਗਿਆਨੀਆਂ ਦੇ ਨਾਲ ਉਹ ਕਹ ਲਓ ਕੋਈ ਵਿਰੋਧਤਾ ਦਾ ਝੰਡਾ ਚੱਕੀ ਫਿਰਦਾ ਤੁਸੀਂ ਤਾਂ ਹਰ ਰੋਜ਼ ਕੋਈ ਨਾ ਕੋਈ ਵਿਗਿਆਨੀ ਲਾ ਕੇ ੜਾ ਦਿੰਦੇ। ਨਹੀਂ ਪਰ ਅੱਜ ਬੜੀ ਅਜੀਬ ਜਿਹੀ ਗੱਲ ਕੀਤੀ ਇਹਨਾਂ ਨੇ। ਕੀ ਕਹਿੰਦੇ ਨੇ? ਪਹਿਲੀ ਗੱਲ ਤਾਂ ਟਮਾਟਰਾਂ ਦਾ ਪਾਊਡਰ ਕਿਹੜਾ ਹੁੰਦਾ ਇਹ ਸਮਝਾ ਪਾਊਡਰ ਹਰ ਚੀਜ਼ ਦਾ ਹੋ ਸਕਦਾ ਅੱਛਾ ਬਸ ਪਾਣੀ ਹੈ ਹਾਂ ਨਾ ਪੀਸਣਿਆ ਮੁੜ ਕੇ ਤੁਸੀਂ ਦੇਖੋ ਜੇ ਦੁੱਧ ਦਾ ਪਾਊਡਰ ਹੋ ਸਕਦਾ ਉਹ ਤੇ ਟਮਾਟਰਾਂ ਦਾ ਕਿਉਂ ਨਹੀਂ ਦੁੱਧ ਦਾ ਤਾਂ ਹੋਰ ਵੀ ਕਈ ਤਰੀਕਾ ਹੋ ਜ਼ਿਆਦਾ ਗੁਰਪ੍ਰੀਤ ਜੀ ਮੈਂ ਉਹੀ ਦੱਸ ਰਹਾ ਧੰਨ ਉਹ ਤੇ ਟਮਾਟਰ ਦਾ ਕਿਉਂ ਬਿਲਕੁਲ ਸਹੀ ਗੱਲ ਇਹ ਵਿਗਿਆਨੀਆਂ ਨੇ ਨਾ ਰਿਸਰਚ ਕੀਤੀ ਹੂੰ ਕਹਿੰਦੇ ਉਹਨਾਂ ਨੇ ਆਪਣੇ ਬਾਹਰਲੇ ਮੁਲਕ 'ਚ ਹੈਨਾ ਯੂ ਐਸਏ ਦੇ ਵਿੱਚ ਉਹਨਾਂ ਨੇ ਕੀ ਕੀਤਾ ਟਮਾਟਰਾਂ ਦਾ ਜਿਹੜਾ ਪਾਊਡਰ ਹੁੰਦਾ ਨਾ ਉਹ ਬਣਾ ਕੇ ਤੇ ਬੰਦੇ ਸੀ ਜਿਹਨਾਂ ਤੇ ਰਿਸਰਚ ਕਰਨੀ ਸੀ ਉਹਨਾਂ ਨੂੰ ਪਾਊਡਰ ਖਵਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਧੁੱਪੇ ਬਿਠਾਈ ਰੱਖਿਆ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੇਖਿਆ ਕਿ ਜਿਹੜੇ ਲੋਕ ਟਮਾਟਰ ਜ਼ਿਆਦਾ ਖਾਂਦੇ ਨੇ ਸਪੈਸ਼ਲੀ ਜਿਹੜੇ ਬੰਦੇ ਟਮਾਟਰ ਜ਼ਿਆਦਾ ਖਾਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਸਕਿਨ ਕੈਂਸਰ ਦੀ ਪ੍ਰੋਬਲਮ ਹੈ ਉਹ 50% ਉਹਦਾ ਖਤਰਾ ਘਟ ਜਾਂਦਾ ਅੱਛਾ ਜੀ ਹਾਂ ਕੀ ਆ ਬਾਤ ਨਹੀਂ ਪਰ ਮੈਨੂੰ ਸਮਝ ਨਹੀਂ ਆਈ ਵੀ ਇਹ ਇਹ ਤੁਸੀਂ ਸਾਰਿਆਂ ਤੇ ਲਾਗੂ ਤਾਂ ਨਹੀਂ ਕਰ ਸਕਦੇ ਇਹਨੇ ਸਾਰਿਆਂ ਦੀ ਗੱਲ ਤੋਂ ਤਾਂ ਠੀਕ ਹੀ ਹੈ ਕਿਉਂਕਿ ਜਿਸ ਨੇ ਖੋਜ ਕੀਤੀ ਉਧਰ ਵਾਲੇ ਟਮਾਟਰ ਸੁੱਕ ਨਾਲ ਹੋਣਗੇ ਵੀ ਸਹੀ ਹੋਣਗੇ ਵੀ ਰੈੱਡ ਹੁਣ ਆਪਣੇ ਵਾਲੇ ਜਿਹੜੇ ਟਮਾਟਰ ਨੇ ਹਾਂ ਉਹਨਾਂ ਦੇ ਉੱਪਰ ਜਿਸ ਹਿਸਾਬ ਨਾਲ ਮਲ ਖਾਦਾਂ ਜਿਸ ਹਿਸਾਬ ਨਾਲ ਸਪਰੇਆ ਹੁੰਦੀਆਂ ਨੇ ਹਾਂ ਬਿਲਕੁਲ ਹੈਨਾ ਜੀ ਉਸ ਹਿਸਾਬ ਨਾਲ ਟਮਾਟਰ ਖਾਣ ਤੋਂ ਬਾਅਦ ਇੱਕ ਪਥਰੀ ਵਾਲਾ ਕੰਮ ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀਦਾ ਉਲਟਾ ਕਹਿੰਦੇ ਯੂਰਿਕ ਐਸਿਡ ਵਗੈਰਾ ਵੱਧਦਾ ਹੋਏ ਤਾਂ ਟਮਾਟਰ ਨਹੀਂ ਖਾਣੋ ਉਹ ਹੀ ਮੈਂ ਕਹਿ ਰਿਹਾ ਨਾ ਬੁਰੀਆ ਵਧਿਆ ਹੀ ਰਹਿੰਦਾ ਹਾਂ ਦੂਜੀ ਗੱਲ ਇਹ ਕਿ ਟਮਾਟਰ ਕਈ ਲੋਕਾਂ ਨੂੰ ਖਾ ਕੇ ਉਹਨਾਂ ਦੇ ਗਲਾ ਵੈਸੇ ਖਰਾਬ ਹੋ ਜਾਂਦਾ ਹੈ ਹਾਂ ਇਹ ਇਹ ਕਾ ਜਿਹੜੀ ਤੁਸੀਂ ਗੱਲ ਦੱਸਿੰਦੇ ਬੀ ਸਕਿਨ ਕੈਂਸਰ ਤੇ ਫਲਾਨਾ ਢੇਂਡਾ ਨੂੰ ਬੰਦੇ ਨੂੰ ਧੁੱਪੇ ਬਿਠਾ ਕੇ ਦੇ ਚੈੱਕ ਕਰਦੇ ਰਹੇ ਦੱਸੋ ਫਿਰ ਇਹਦੇ ਚੈੱਕ ਕਰਨ ਦਾ ਤਰੀਕਾ ਦੇਖੋ ਪਹਿਲਾਂ ਤਾਂ ਬੰਦਾ ਸੁੱਕਣੇ ਪਾਇਆ ਇਹਨਾਂ ਨੇ ਉਹ ਵੀ ਪਾਊਡਰ ਖਵਾ ਕੇ ਇਹ ਨਹੀਂ ਵੀ ਉਹਨੂੰ ਵਿਚਾਰੇ ਗਰੀਬ ਨੂੰ ਕਿਤੇ ਕਿਲੋ ਟਮਾਟਰ ਹੀ ਖਵਾ ਲਓ ਫਿਰ ਹੈਨਾ ਮਤਲਬ ਇਹ ਜਿਹੜੇ ਤੌਰ ਤਰੀਕੇ ਆ ਨਾ ਇਹ ਇਹਦਾ ਕੰਮ ਹੁੰਦਾ ਵੀ ਵੇਲੇ ਵਿਗਿਆਨੀ ਆ ਤੇ ਵੇਲੇ ਵਾਲੇ ਕੰਮ ਉਹਨਾਂ ਦੇ ਵੇਲੇ ਬੰਦੇ ਉੱਤੋਂ ਜਿਹੜੇ ਕਹਿੰਦੇ ਆ ਸਾਡੇ ਤੇ ਰਿਸਰਚ ਕਰ ਲਓ ਨਹੀਂ ਨਹੀਂ ਉਹ ਤਾਂ ਪੈਸੇ ਲੈਂਦੇ ਤਾਂ ਨਹੀਂ ਪਤਾ ਇਹ ਗੱਲ ਤੂੰ ਹੀ ਆਪਣਾ ਕਿਤੇ ਕਿਸੇ ਦਿਨ ਕਿਸੇ ਰਿਸਰਚ ਲਈ ਪੇਸ਼ ਕਰੋ ਤੁਸੀਂ ਪਤਲੇ ਹੋਣ ਲਈ ਜੇ ਤੇ ਰਿਸਰਚ ਉਹਨਾਂ ਦੀ ਕਾਮਯਾਬ ਹੋ ਗਈ ਤਾਂ ਮੈਨੂੰ ਫਾਇਦਾ ਜੇ ਨਾ ਵੀ ਤਾਂ ਵੀ ਮੈਨੂੰ ਫਾਇਦਾ ਕਿਹੜਾ ਤੁਂਦਾ ਕੇਸ ਕਰਾਂਗੇ ਮਾਨਨਨੀ ਦਾ ਹਾਂ ਫਾਇਦਾ ਨਹੀਂ ਆਇਆ ਜੀ ਹਾਂਜੀ ਹਰਮਨ ਜੀ ਗੁਰਪ੍ਰੀਤ ਕੈਗਾਲਿਆਂ ਨੂੰ ਜਾਂਦੇ ਹੋ ਕੈਗਾਲੇ ਕਿਹੜਾ ਮੇਰੀ ਮਾਸੀ ਤੇ ਪੁੱਤ ਭਰਾ ਲੱਗਦੇ ਨੇ ਹੋ ਵੀ ਨਹੀਂ ਸਕਦਾ ਪੜੇ ਲਿਖੇ ਲੋਕ ਨੇ ਉਹ ਤਾਂ ਇਹ ਕਹਿਆ ਵੀ ਸਾਡੇ ਜ਼ਬਰਦਸਤਾਂ ਕੋਈ ਲਿੰਕ ਬਹੁਤਾ ਨਹੀਂ ਹੈਗਾ ਉਹਦੇ ਨਾਲ ਨਹੀਂ ਉਹਦਾ ਕੈਗਾਲਿਆਂ ਨੇ ਰਿਪੋਰਟ ਲਿਆਂਦੀ ਹੈ ਗੁਰਪ੍ਰੀਤ ਜੀ ਇਹ ਲੋ ਵਧੀਆ ਗੱਲ ਐ ਕਿਉਂ ਕੈਗ ਵਾਲੀ ਦੀ ਰਿਪੋਰਟ ਨਾਲ ਇੱਕ ਤਰ੍ਹਾਂ ਨਾਲ ਸਾਡੀ ਸਾਂਝ ਬਣਦੀ ਐ ਉਹ ਕਿਵੇਂ ਸਾਡੀ ਬਲੱਡ ਦੀ ਰਿਪੋਰਟ ਆ ਜਿੰਦੇ ਨਿਕਰਾਂ ਆ ਜੋ ਨਾ ਹੀ ਬੁਖਾਰ ਹੱਡੇ ਤੇ ਡਾਕਟਰ ਤੇ ਕਰਾ ਹੀ ਲੈਂਦੇ ਨੇ ਚੈੱਕਅਪ ਅੰਦੇ ਬਲੱਡ ਟੈਸਟ ਕਰਾ ਕੇ ਆਉਂਦੇ ਪਹਿਲਾਂ ਤਾਂ ਨਹੀਂ ਪਰ ਇਹ ਰਿਪੋਰਟ ਬੜੀ ਖਾਸ ਰਿਪੋਰਟ ਐ ਉਹ ਤਾਂ ਮੈਨੂੰ ਨਾ ਇੱਕ ਬੜਾ ਪੀਜੇ ਟਾਈਪ ਚੁਟਕਲਾ ਯਾਦ ਆ ਗਿਆ ਜਦ ਵੀ ਸੜਿਆ ਜਾ ਹੋਇਆ ਨਾ ਮਤਲਬ ਹੈ ਹੀ ਪੀਜੇ ਤਾਂ ਉਹ ਸੜਿਆ ਹੀ ਹੋਏਗਾ ਵੈਸੇ ਤਾਂ ਮਤਲਬ ਪੰਡੂ ਉਹ ਚਾਰਾ ਬੰਦਾ ਤੇ ਉਹਦੀ ਕਿਤੇ ਮਾਤਾ ਢਿਲੀ ਹੋ ਗਈ ਹੂੰ ਤੇ ਉਹ ਨੋ ਹਸਤal ਖੜਿਆ ਤੇ ਮਾਤਾ ਹੋਸ਼ਾ ਹਸਣਾ ਕਰਿਆ ਅੱਖਾਂ ਉਹਦੀਆਂ ਪੁੱਠੀਆਂ ਹੋਣ ਡੀਆਂ ਉਧਰ ਬਾਹਰ ਘਬਰਾਏ ਲਿਓਨੇ ਪੁੱਛਿਆ ਕਹਿੰਦਾ ਡਾਕਟਰ ਸਾਹਿਬ ਕਿੱਦਾਂ ਮਿਲਿਆ ਇਹ ਦੇਖੋ ਗਾਲੇ ਦਾ ਵੀ ਅੱਜ ਤੇ ਸੀ ਨੂੰ ਅਪ ਅੰਡਰ ਅਬਜ਼ਰਵਿਸ਼ ਰੱਖਦੇ ਆਂ ਮਤਲਬ ਗਿੱਟ ਕੋਈ ਡਾਕਟਰ ਨੇ ਦੇ ਜਿਹੜੇ ਵਾਲਵੂਲ ਵਾਲੇ ਗੰਜੇ ਐਨ ਲੱਗ ਗਈ ਹਨ ਹਾਂ ਕਿਊਟ ਕਿਊਟ ਟਾਈ ਬੋਲਦੇ ਨੇ ਦੇ ਹਾਂ ਇੰਨਾ ਕੀ ਮੂੰਹ ਫੋੜ ਕੇ ਹਾਂ 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 ਕਹਿੰਦੇ ਇਲਾਜ ਤੁਸੀਂ ਇਹਨੂੰ ਅੰਡਰ ਅਬਜ਼ਰਬਿਸ਼ਨ ਰੱਖ ਰਹੇ ਆਂ ਤੇ ਇਸ ਵੀਰੇ ਤੜਕੇ ਆਪਾਂ ਨਿਰਨੇ ਕਾਲਜ ਦਾ ਟੈਸਟ ਕਰਾਵਾਂਗੇ ਹਾਂ ਉਹ ਕਹਿੰਦੇ ਮਾਤਾ ਸਾਡੀ ਅਨਪੜਾ ਮਾਰੇ ਤੁਸੀਂ ਕਿਹੜਾ ਟੈ ਮੈਂ ਪਹਿਲਾਂ ਕਹਿਆ ਵੀ ਪੀਏ ਟਾਈਪ ਹੈ। ਤੜਿਆ ਪੀਜੇ ਸੀ ਨਾ ਮਤਲਬ ਤੁਸੀਂ ਡਾਕਟਰ ਤੇ ਜਾਓ ਐਂ ਪਿੰਡਾਂ ਵਾਲਿਆਂ ਦੀ ਵਿਚਾਰਾਂ ਦੀ ਮਤਲਬ ਸਾਡੇ ਵਰਗੇ ਬੰਦਿਆਂ ਦੀ ਜਿਹੜੀ ਉਹ ਸਾਦਗੀ ਉੱਤੇ ਜਾਓ। ਗੁਰਪ੍ਰੀਤ ਸੰਤ 47 ਵਾਲਾ ਪੀਜੇ ਆ ਇਹ। ਨਹੀਂ ਮਾਤਾ 47 ਚ ਭਾਵੇਂ ਜਿੱਦਾਂ ਮਰਜ਼ੀ ਸੀਗੀ। ਪਰ ਇਸ ਵੀ ਮਾਤਾ ਬਾਦ ਚ ਕਾਇਮ ਹੋ ਗਈ। ਥੋਣੀ ਸੀ। ਹਾਂ ਕਿਉਂਕਿ ਉਹਦਾ ਵੀ ਬਲੱਡ ਟੈਸਟ ਹੋਇਆ ਸੀ। ਨਹੀਂ ਉਹ ਤੋਂ ਬਾਅਦ ਵਾਲਾ ਪੀਜੇ ਕੁਛੇ ਵੀ ਪਣ ਸਕਦਾ ਨਾ। ਮਤਲਬ ਜਿੱਦਾਂ ਉਹਨਾਂ ਨੇ ਗੱਲ ਤਾਂ ਸੁਣ ਉਹਨਾਂ ਕਹਣਾ ਵੀ ਮਹਾਰਾਜ ਠੀਕ ਆ ਪਿੰਡ ਚ ਨਾ ਗੱਲਾਂ ਹੋਣੀਆਂ ਉਹ ਕਹਿੰਦਾ ਯਾਰ ਬੱਲੇ ਬੱਲੇ ਫਲਾਣਾ ਡਾਕਟਰ ਬਹੁਤ ਸਿਆਣਾ ਅੱਛਾ ਕਹਿੰਦਾ ਫਲਾਣਾ ਕੀ ਮਾਤਾ ਦੇਖ ਲੈ ਪੜੀ ਲਿਖਣੀ ਉਹਨੇ ਤਾਂ ਵੀ ਟੈਸਟ ਲੈ ਲਿਆ ਉਹਦਾ ਕਹਿੰਦਾ ਫਿਰ ਹਾਸ ਹੋ ਕੇ ਠੀਕ ਹੋ ਘਰੇ ਵੀ ਆ ਆਓ ਭਰਾਵਾ ਕਨ ਪੜਤਦਾ ਦਾ ਕਰਕੇ ਬਿਮਾਰ ਹੋਈ ਸੀ ਉਹਨਾਂ ਨੂੰ ਕਾਹ ਖੜਾ ਕੀ ਹੋ ਗਿਆ ਗੁਰਪ੍ਰੀਤ ਤੁਹਾਨੂੰ ਦਾ ਹਾਈਟ ਉੱਤੇ ਸੜੇ ਸੜੇ ਫੀਜੇ ਜਿੰਨੇ ਸੜੇ ਓ ਮਾਈ ਗਾਡ ਹਾਂ ਜੀ ਮੈਂ ਜਿਹੜੀ ਗੱਲ ਕਰ ਰਹੀ ਹਾਂ ਕਰ ਲੋ ਜੀ ਕਰ ਲੋ ਮੈਂ ਕਹਿ ਕੀ ਰਹੀ ਸੀ ਵੈਸੇ ਤੁਸੀਂ ਕਹਿ ਰਹੇ ਸੀ ਕੈਗ ਦੀ ਰਿਪੋਰਟ ਆਈ ਹੈ ਗੁਰਪ੍ਰੀਤ ਜੀ ਇਹ ਰਿਪੋਰਟ ਆਈ ਹੈ ਰੇਲਵੇ ਦੇ ਉੱਪਰ ਅੱਛਾ ਜੀ ਰੇਲਵੇ ਦੇ ਵਿੱਚ ਰੇਲਾਂ ਦੇ ਵਿੱਚ ਮਿਲਦਾ ਖਾਣਾ ਹਾਂ ਉਹਦੇ ਉੱਪਰ ਉੱਤੇ ਕਾਦੀ ਰਿਪੋਰਟ ਕਰਨੀ ਹੈ ਉਹ ਰੇਲਵੇ ਦੇ ਖਾਣੇ ਉਹਦੇ ਚੈੱਕ ਤੇ ਕਰਾਓ ਹਾਏ ਗੁਰਪ੍ਰੀਤ ਜੀ ਹਾਂ ਕਰਾਇਆ ਹੁਣ ਫੇਰ ਸਾਰੀ ਰਿਪੋਰਟ ਆ ਗਈ ਫੇਰ ਓਏ ਹੋਏ ਕਹਿੰਦੇ ਵੀ ਜੇ ਸਫਾਈ ਦੀ ਗੱਲ ਕਰਦੀ ਹੈ ਜਮਾਈ ਹੂੰ ਸਾਫ ਸਫਾਈ ਤਾਂ ਜਮਾਈ ਹੈ ਨਹੀਂ ਕਹਿੰਦੇ ਉਹ ਤਾਂ ਹੈ ਹੀ ਆ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਆ ਖਾਣ ਪੀਣ ਤੋਂ ਮੈਂ ਸੌਰੀ ਇੱਕੋ ਗੱਲ ਐਡ ਕਰਨੀ ਇਹ ਐਡੀ ਰਿਪੋਰਟ ਖਾਣਾ ਇਹਨੂੰ ਕਰਨ ਦੀ ਲੋੜ ਨਹੀਂ ਹੈਗੀ ਇੱਕ ਅਦਾ ਚੂਹਾ ਫੜਨਾ ਰੇਲਵੇ ਟਰੈਕ ਤੋਂ ਉਹ ਅਮਰੀਕਾ ਦੇ ਵਿਗਿਆਨੀ ਨੂੰ ਦੇਣਾ ਪੈਣਾ ਇੰਡੀਆ ਵਾਲੇ ਵਿਗਿਆਨੀਆਂ ਕੋਲ ਨਹੀਂ ਗੱਲ ਕਰਨੀ ਉਹ ਦੇ ਕੱਲੇ ਕੱਲੇ ਵਾਰ ਤੋਂ ਦੱਸ ਦੇਣਗੇ ਵੀ ਇਹ ਚੂਹੇ ਦੀਆਂ ਕਿੰਨੀਆਂ ਪੁਸ਼ਤਾ ਰੇਲਵੇ ਚ ਰਹਿ ਰਹੀਆਂ ਨੇ ਤੇ ਇਸ ਚੂਹੇ ਦੇ ਜੀਨਸ ਦੇ ਵਿੱਚ ਪੀਜ਼ਾ ਤੇ ਕਾਫੀ ਤੇ ਚਾਹ ਤੇ ਰੇਲ ਨੀਰ ਤੇ ਰੇਲ ਚਾਏ ਹੈਨਾ ਉਹ ਜਿਹੜੇ ਬਰੈਡ ਜੇ ਟੋਸਟ ਟਾਈਪ ਤੇ ਉਹ ਟਿੱਕੀਆਂ ਜੀਆਂ ਜੋ ਕੁਝ ਵੀ ਹੁੰਦਾ ਮਿਲਦਾ ਹੁੰਦਾ ਇਹਦੇ ਬਲੱਡ ਦੇ ਵਿੱਚ ਉਹ ਕਿੰਨਾ ਮਿਲ ਰਿਹਾ ਕਿਉਂਕਿ ਥਰੂਆਊਟ ਇਹ ਮਤਲਬ ਦਾਦੇ ਪਰਦਾਦੇ ਵੀ ਉਹਦੇ ਵਿੱਚ ਖਾਂਦੇ ਆ ਜੂਏ ਤਾਂ ਨਾ ਮਤਲਬ oh my god I can't tell you ਕਿ ਉਹ ਇੰਨੇ ਜ਼ਿਆਦਾ ਐਕਸਪੀਰੀਅੰਸ ਹੁੰਦੇ ਆ ਨਾ ਤੁਸੀਂ ਕਿਤੇ ਰੇਲਵੇ ਚ ਸਫਰ ਕਰਨ ਦਾ ਕਿਤੇ ਮੌਕਾ ਮਿਲੇ ਨਾ ਤੁਸੀਂ ਰੇਲਵੇ ਸਟੇਸ਼ਨ ਤੇ ਜਾਓ ਤਾਂ ਯੂਜੂਲੀ ਬੰਦਾ ਖੜਾ ਟ੍ਰੇਨ ਦੀ ਵੇਟ ਕਰ ਰਿਆ ਹੁੰਦਾ ਹੈ ਨਾ ਕਿਉਂਕਿ ਟ੍ਰੇਨ ਟਾਈਮ 'ਤੇ ਆਉਂਦੀ ਹੈ ਹੈ ਨਾ ਤੇ ਤੁਸੀਂ ਕਿਤੇ ਤੇ ਟ੍ਰੈਕ ਤੇ ਝਾਤੀ ਮਾਰੋ ਨਾ ਤਾਂ ਚੂਹਾ ਇਧਰੋਂ ਐ ਨੂੰ ਆਰਾਮ-ਰਾਮ ਨਾਲ ਮਤਲਬ ਚੂਹੇ ਨੂੰ ਪਤਾ ਹੁੰਦਾ ਵੀ ਟ੍ਰੇਨ ਕਿੰਨੇ ਕ ਟਾਈਮ ਨਾਲ ਆਉਣੀ ਹੈ या की चला ना है उड़ाते एक डे मोटे मोटे चुहे मैं वही मैं सोचता हूँ ना भी जितना ना वो चुहे तभी इतना टब्बर टी रहे थोड़ा कभी हाँ। ऐसे करा अपने लम्बे नहीं मैंने आप आपन हाँ वाह अभी हाज़र है जज दावी चार if you like this video please subscribe the channel like and share this video वाह अभी हाज़र है ਚੰਚ ਦਾ ਮੀਚਾ ਹਾਂਜੀ ਹਰਮਨ ਜੀ ਆਪਾਂ ਰੇਲਵੇ ਦੀ ਕੈਗ ਵਾਲੀ ਰਿਪੋਰਟ ਸੀਗੀ ਹਾਂ ਮੈਂ ਇਮੇਜਨ ਕਰ ਰਿਹਾ ਵੀ ਜਿਹੜੇ ਹੁਣ ਚੂਹੇ ਹਾਂਜੀ ਮਤਲਬ ਦਾਦੇ ਪਰਦਾਦੇ ਉਹਨਾਂ ਦੇ ਉੱਥੇ ਬੁੱਢੇ ਹੋਗੇ ਮੈਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹਨਾਂ ਚੂਹਿਆਂ ਦੇ ਜਿਹਦੇ ਲੱਕੜ ਦਾਦੇ ਹੋਣਗੇ ਨਾ ਉਹਨਾਂ ਨੇ ਅੰਗਰੇਜ਼ ਵੀ ਦੇਖੇ ਹੋਣੇ ਕਿਉਂਕਿ ਟਰੈਕ ਤਾਂ ਉਹੀ ਨੇ ਸਟੇਸ਼ਨ ਵੀ ਉਹੀ ਨੇ ਟ੍ਰੇਨਾਂਾਂ ਵਿੱਚ ਉਧਰ ਦੀ ਲੰਘਦੀਆਂ ਲੰਘਦੀਆਂ ਹਾਂ ਸਾਰਾ ਕੁਝ ਤਾਂ ਸੇਮ ਆ ਮੈਨੂੰ ਤਾਂ ਐ ਲੱਗਦਾ ਵੀ ਉਹਨਾਂ ਚੂਹਿਆਂ ਦੀਆਂ ਨਾ ਆਪਸ ਵਿੱਚ ਰਿਸ਼ਤੇਦਾਰੀ ਵੀ ਦੂਰ ਨੇੜੇ ਹੋਣੀ ਆ ਸਹੀ ਗੱਲ ਆ ਮਲਾ ਅਮਰਸਰ ਵਾਲੇ ਕਰਨਾਲ ਵਾਲੇ ਫੁੱਫੜ ਜੀ ਅਮਰਸਰ ਵਾਲੇ ਚੂਹਾ ਜਿਹੜਾ ਨਾ ਉਹਦਾ ਹੁੰਦਾ ਇੱਕ ਅਦੀ ਭੂਆ ਕਰਨਾਲ ਵੈਈ ਹੋਵੇ ਇਹਦੋਂ ਟ੍ਰੇਨ ਤੇ ਚੜੇ ਉੱਥੇ ਜਾ ਕੇ ਉਹਨਾਂ ਕਹਿੰਦਾ ਜਦੋਂ ਤੂੰ ਇੰਨੀ ਵੀ ਕਰਾਂ ਰੋਕੇ ਨਾ ਟ੍ਰੇਨ ਜਾ ਕੇ ਉੱਥੇ ਫੜਾ ਫੜ ਟਾਇਰ ਦੇ ਕੋਲ ਦੀ ਛਾਲ ਮਾਰ ਜਾਣੀ ਫਿਰ ਉਹ ਕਹਾਣੀਆਂ ਸੁਣਾਉ ਉਹ ਭੂਆ ਜਿਹਦਾ ਟਰੈਕ ਆ ਜਾਂਦਾ ਹਾਂ ਫਿਰ ਉਹ ਕਹਾਣੀਆਂ ਵੀ ਸੁਣਾਉਂਦੇ ਹੋਣਗੇ ਕਹਿੰਦੇ ਉਹਦੋਂ ਕੁਝ ਨਹੀਂ ਹੈਗਾ 6 ਵਜੇ ਨਾਲ ਉਹ ਤੋਂ ਫੁਲਾਨੀ ਗੱਡੀ ਚੜ੍ਹਦੀ ਏ ਉਤੋਂ ਤੋਂ ਉਹਦੇ ਤੇ ਛਾਲ ਮਾਰ ਕੇ ਉੱਤੇ ਚੜ੍ਹ ਜੀ ਤੇ ਕਹਿੰਦਾ ਫਿਰ ਉਹ ਉੱਥੋਂ ਨਾ ਤੈਨੂੰ ਖੱਬੇ ਨੂੰ ਜਾਣਾ ਪੈਣਾ ਕਿਉਂਕਿ ਸੱਜੇ ਬਰ ਉਹਨਾਂ ਨਾਲ ਲੰਮੀ ਟ੍ਰੇਨ ਸ਼ੁਰੂ ਹੋ ਜਾਂਦੀ ਏ ਥੋੜੀ ਚੇਅਰ ਕਾਰ ਪੈਂਟਰੀ ਕਾਰ ਟਾਈਪ ਗੱਡੀ ਆ ਨਾ ਉਹ ਸੱਜੇ ਬੰ ਇੰਜਨ ਵਾਲੇ ਪਾਸੇ ਹੁੰਦੀ ਤੂੰ ਉੱਥੋਂ ਇੰਜਨ ਨਾਲੋਂ ਚੱਲ ਜੀ ਹਾਂ ਪੰਜਵੇਂ ਛੇਵੇਂ ਸੈਲਫ ਤੋਂ ਬਰੈਡਾਂ ਸ਼ੁਰੂ ਹੋ ਜਾਂਦੀਆਂ ਓ ਮਾਈ ਗਾਡ ਬਸ ਫੇਰ ਤੂੰ ਬਰੈਡ ਬਰੁੱਡ ਖਾ ਕੇ ਅੱਛਾ ਇੱਕ ਗੱਲ ਦਾ ਧਿਆਨ ਰੱਖੀ ਇਹ ਨਹੀਂ ਕਰਨਾ ਵੀ ਮੈਂ ਮਤਲਬ ਕਿਤੇ ਖੁੱਲ੍ਹਿਆ ਵਾਲ ਲੈਂਡ ਥੱਲੇ ਉਤਰ ਜਵੇਂ ਟ੍ਰੇਨ ਚੱਲ ਵੀ ਪਈਦੀ ਹੁੰਦੀ ਹੈਗੇ ਵੇਲੇ ਮੁੜ ਕੇ ਐ ਵੀ ਪੁੱਛ ਪਾਜ ਨੱਪੀ ਗਈ ਤੇ ਫੇਰ ਦੇਖੇਗਾ ਤਾਂ ਠਾ ਹਨਾ ਤੇ ਖੂਸਾ ਮਤਲਬ ਪੁਰਾਣੀ ਘਟਨਾਵਾਂ ਵੀ ਦੱਸ ਦੇਣਗੇ ਹਾਂ ਇੱਕ ਗੱਲ ਤਾਂ ਹੋਰ ਰੱਖਣਾ ਪੁੱਤਰ ਚੱਲਦੀ ਟ੍ਰੇਨ ਦੇ ਵਿੱਚ ਥੱਲੇ ਸਪਰਿੰਗਾ ਜਾਂ ਜ ਨਹੀਂ ਉਤਰਨਾ ਹਨਾ ਚੱਲਦੀ ਟ੍ਰੇਨ ਦੇ ਪੂਛ ਨਹੀਂ ਮਾਰ ਘੱਟ ਹਾਉ ਨਾ ਕਿਸੇ ਵੇਲੇ ਉਹ ਨਾ ਪੁਰਾਣੀ ਗੱਲ ਦੱਸਣੇ ਉਹ ਨਾ ਤੇਰੇ ਦੂਰ ਦੇ ਮਾਮਾ ਹੀ ਸੀਗੇ ਉਹ ਕਿਤੇ ਮਤਲਬ ਉਹਨਾਂ ਨੇ ਖਾ ਪੀ ਕੇ ਤੇ ਥੱਲੇ ਸਪਰਿੰਗਾ ਜਾਂ ਜ ਉਤਰ ਗਏ ਉਹਨੇ ਜੇ ਨੂੰ ਟ੍ਰੇਨ ਚੱਲ ਪਈ ਉਹ ਝਟਕਾ ਜਾਂ ਵਜਾਏ ਬਸ ਫੇਰ ਮਾਮਾ ਜੀ ਤੇ ਲੱਭੇ ਨਹੀਂ ਉਦੋਂ ਮੈਂ ਕਹਿੰਦੇ ਹਾਂ ਅੱਜ ਤਾਂ ਹੀ ਤੁਹਾਡੀ ਮੰਮੀ ਜਿਹੜੀ ਮਾਮਾ ਲੱ ਤੋ ਚੂਹਿਆਂ ਦਾ ਦੇਖੋ ਗੱਲ ਬਾਤ ਨਹੀਂ ਹੋਰ ਉਹਨਾਂ ਦਾ ਕੀ ਹੋਣਾ ਦੂਜੀ ਗੱਲ ਉਹਨੇ ਇਹ ਵੀ ਹੈ ਨਾ ਵੀ ਦੇਖੋ ਗੱਲ ਆ ਵੀ ਇਹ ਨਹੀਂ ਸੋਚਣਾ ਹੈਗਾ ਵੀ ਤੁਸੀਂ ਜਿੱਥੇ ਖਾ ਰਹੇ ਹੋ ਉੱਥੇ ਉਹ ਬਾਕੀ ਦਾ ਕਾਰਵਿਹਾਰ ਵੀ ਕਰ ਰਹੇ ਵਾਸ਼ਰੂਮ ਨਹੀਂ ਲੱਭਣਾ ਉੱਥੇ ਹੁੰਦਾ ਇਹ ਨਾ ਹੋਵੇ ਤੁਸੀਂ ਜਿੱਦਾਂ ਆਮ ਬੰਦੇ ਕਰਦੇ ਆ ਵੀ ਤੁਸੀਂ ਵੀ ਆਖੋ ਉੱਤਰ ਕੇ ਬਾਹਰ ਜਾਣਾ ਨਾ 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 ਹਾਂ ਉਹ ਟ੍ਰੇਨ ਦੇ ਵਿੱਚ ਇੱਕ ਵਾਰ ਚੜ ਗਏ ਤਾਂ ਮਤਲਬ ਆਪਣੇ ਸਟੇਸ਼ਨ ਤੇ ਉਤਰਨਾ ਰਾਜ ਕਿਤੇ ਨਹੀਂ ਉਤਰਨਾ ਕੋਈ ਨੱਕ ਕੰਨ ਬਾਹਰ ਵੀ ਨਹੀਂ ਕੱਢਣੀ ਉਸ ਸਮੇਂ ਚੂਹੇ ਆਪਸ ਵਿੱਚ ਗੱਲਾਂ ਕਰਦੇ ਨੇ ਕਹਿੰਦੇ ਹਾਂ ਬੱਚੇ ਸੀਗੇ ਉਹ ਨਾ ਮਲਹਾਸਿਆ ਸੀ ਸ਼ਤਾਬ ਦੀ ਚੜ ਗਏ ਨੇ ਉਸ ਸਵੇਰ ਪਤਾ ਨਹੀਂ ਅੱਗੇ ਰਾਜਤਨੀ ਲੈ ਲਈ ਉਹਨਾਂ ਨੇ ਖਾਨੀ ਹਾਂ ਬਾਬਾ ਤੇ ਨਹੀਂ ਮੁੜ ਕੇ ਆਣਗੇ ਹੁਣ ਪਤਾ ਨਹੀਂ ਕਦੋਂ ਮੁੜਨਗੇ ਵਾਪਸ ਉਹ ਹਾਂ ਮਤਲਬ ਜੇ ਸਾਹ ਉਹ ਨਾ ਰੇਲਵੇ ਆ ਇਹ ਹੋਰ ਕੈਕ ਦੀ ਰਿਪੋਰਟ ਚੋਂ ਕੀ ਨਿਕਲਣਾ ਉਹਦੇ ਚ ਹੋ ਸਕਦਾ ਸ਼ਰੂ ਕਿਤੇ ਕੋਈ ਟੀਟੀ ਵਗੈਰਾ ਨਵਾਂ ਆਉਂਦਾ ਹੋਇਆ ਉਹ ਤਾਂ ਵੀ ਗੱਲਾਂ ਕਰਦੇ ਹੋਣਾ ਇਹ ਟੀਟੀ ਨਵਾਂ ਲੱਗ ਰਿਹਾ ਮੈਨੂੰ ਕੋਈ ਗੱਲ ਨਹੀਂ ਦੀ ਮੈਂ ਵੇਖੀ ਪੈਂਟ ਦੇ ਵਿੱਚ ਵੜ ਕੇ ਦੰਦੀ ਵੜਨੀ ਜੇ ਆਪਣੇ ਤਰੱਕੀ ਕੀਤੀ 10 ਸਾਲ ਬਹੁਤ ਜ਼ਿਆਦਾ ਤਰੱਕੀ ਕੀਤੀ ਜੀ ਸੱਚੀ ਬਹੁਤ ਜ਼ਿਆਦਾ ਤਰੱਕੀ ਕੀਤੀ ਐਟਲੀਸਟ ਲੋਕਾਂ ਨੂੰ ਦਾਲਤਾ ਰਭਦੀ ਸੀ ਹਾਂ ਹਾਂ ਹੁਣ ਤਾਂ ਕੱਲਾ ਮੈਨੂੰ ਲੱਗਦਾ ਸਕੀਮ ਦਾ ਨਾਮ ਹੀ ਇਹਨਾਂ ਨੂੰ ਆਟਾ ਆਟਾ ਜਾਂ ਆ ਆਟਾ ਕਣਕ ਸਕੀਮ ਨਾ ਰੱਖਣਾ ਪਊਗਾ ਕਿਉਂਕਿ ਦਾਲ ਹੀ ਨਹੀਂ ਲੱਭ ਰਹੀ ਗੁਰਪੀ ਜੀ ਲੋਕਾਂ ਨੂੰ ਮਤਲਬ ਦਾਲ ਮਤਲਬ ਜਿਹੜੀ ਹੈ ਨਾ ਉਹ ਕਹਿੰਦੇ ਮਹਿੰਗੀ ਬੂਤ ਹੈ ਤੇ ਇਸ ਲਈ ਹੁਣ ਬੇਸਿਕਲੀ ਜਿਹੜੀ ਆਟਾ ਦਾਲ ਸਕੀਮ ਦੇ ਤਹਿਤ ਜਿਹੜਾ ਉਹਨਾਂ ਨੇ 2 ਰੁਪਏ ਕਿਲੋ ਕਣਕ ਤੇ 20 ਰੁਪਏ ਕਿਲੋ ਦਾਲ ਜਿਹੜੀ ਦੇਣੀ ਸੀ ਉਹ ਹੁਣ ਹੋਇਆ ਕੀ ਕਿ ਇਹਨਾਂ ਨੇ ਨਾ ਪਿੱਛੇ ਜਿਹੇ ਇਹ ਆਰਡਰ ਕੱਢਤਾ ਸੀਗਾ ਸਰਕਾਰ ਨੇ ਕਿ ਜਿਹੜੇ ਡਿਪੂ ਦੇ ਮਾਲਕ ਨੇ ਹਨਾ ਉਹ ਅਦਾਇਗੀ ਕਰਨ ਆਪ ਕਰਨ ਦਾਲ ਚੁੱਕਣ ਲੱਗਿਆ ਹਨਾ ਤੇ ਬਾਅਦ ਵਿੱਚ ਉਹ ਦਾਲ ਚੱਕ ਸਕਦੇ ਨੇ ਇਸ ਲਈ ਉਹਨਾਂ ਨੇ ਕੀਤਾ ਦਾਲ ਚੁੱਕਣੀ ਛੱਡ ਦਿੱਤੀ ਕਿ ਮੁੜ ਕੇ ਕੌਣ ਪੈਸੇ ਇਕੱਠੇ ਕਰਦਾ ਰਹੂਗਾ ਜਿਸ ਦੇ ਕਰਕੇ ਦਾਲ ਖਰਾਬ ਹੋ ਗਈ ਜੋ ਦਾਲ ਖਰਾਬ ਹੋ ਗਈ ਹੁਣ ਉਹਨਾਂ ਨੇ ਅੱਗੇ ਤੋਂ ਦਾਲ ਵੰਡਣੀ ਬੰਦ ਕਰ ਦਿੱਤੀ ਹੁਣ ਕੱਲੀ ਜਿਹੜਾ ਕਣਕ ਹੈ ਉਹ ਮਿਲਦੀ ਹੈ ਉਹ ਵੀ ਐਮਐਲ ਦੀ ਵਿੱਚ ਜਦਾ 6-6 ਮਹੀਨਿਆਂ ਦੀ ਇਕੱਠੀ ਮਿਲ ਗਈ 4 ਮਹੀਨਿਆਂ ਬਾਅਦ ਇਕੱਠੀ ਮਿਲ ਗਈ ਇਦਾਂ ਹੈਨਾ ਹੁਣ ਹੋ ਕੀ ਰਹਿ ਗਿਆ ਲੋਕ ਜਿਹੜੇ ਨੇ ਉਹ ਭੱਜ ਭੱਜ ਜਾਂਦੇ ਨੇ ਉਹ ਕਣਕ ਲੈਣ ਦੇ ਲਈ ਤੇ ਕਹਿੰਦੇ ਵੀ ਬੇਸਿਕ ਹੁਣ ਮੋਸਟਲੀ ਐ ਹੋ ਰਿਹਾ ਕਿ ਲੇਡੀਜ਼ ਜਿਹੜੀਆਂ ਨੇ ਉਹ ਬਿਉਸ਼ ਹੋ ਉਹ ਵਿਚਾਰੀਆਂ ਡਿੱਗ ਪੈਂਦੀਆਂ ਨੇ ਕਣਕ ਸੌਂ ਕੇ ਨਹੀਂ ਕਣਕ ਦੀ ਲਾਈਨ ਚ ਘੜ ਕੇ ਗੁਰਪ੍ਰੀਤ ਆਵਾਰੀਓ ਉਹ ਅੱਛਾ ਅੱਛਾ ਮੈਂ ਜੇ ਵੇਚ ਲੀਆਂ ਗੱਲਾਂ ਨਹੀਂ ਦੱਸਣੀਆਂ ਹੁੰਦੀਆਂ ਟੀਵੀ ਤੇ ਮੈਂ ਤਾਂ ਬੁਰੀ ਜਦ ਐ ਕਰਕੇ ਖੋਲ ਦੇਣਿਆ ਤਜਰਬਾ ਤਾਂ ਇੱਕ ਵਾਰ ਤੋਂ ਸੀ ਵੀ ਕਿਤਾ ਜੀ ਤੁਹਾਨੂੰ ਚਾਚੜਾ ਸੀ ਮੈਂ ਹੈਡ ਸ਼ੂਟ ਕਰਨੀ ਹੈ ਨਹੀਂ ਮੈਂ ਉਹ ਆਹੋ ਇਹ ਮੈਨੂੰ ਤਾਂ ਇਕੱਲੇ ਤਜਰਬਾ ਹੋਇਆ ਵੀ ਦੇਖ ਬੇਸਿਕਲੀ ਇਹਨੇ ਕੋਈ ਇਦਾਂ ਦੀ ਮੇਰੀ ਲਾਈਨ ਇਹ ਆ ਵੀਡੀਓ ਦੀ ਤੇ ਮੈਂ ਉਹ ਕਰਨ ਚਲੇ ਗਿਆ ਜੀ ਵੀ ਉਹ ਕਿੱਦਾਂ ਦੀ ਕਣਕ ਮਿਲਦੀ ਹੈ ਜੀ ਉਹ ਸਾਰਾ ਕੁਝ ਤੇ ਉਹ ਧਰਮੇ ਗਾਲ ਜਦੋਂ ਮੈਂ ਕਣਕ ਵੇਖੀ ਨਾ ਡੰਗਰ ਵੀ ਮੂੰਹ ਆ ਨੂੰ ਕਰ ਲੈਂਦਾ ਹਾਂ ਮੇਰੇ ਵੀ ਵੀਰੇ ਨਹੀਂ ਮੇਰੇ ਕੈਮਰਾਮੈਨ ਸਾਹਿਬ ਉਹ ਮੈਨੂੰ ਕਹਿੰਦੇ ਵੀ ਭਾਜੀ ਇੱਕ ਮਿੰਟ ਰੋਕੋ ਤੇ ਜੀ ਸ਼ਾਰਟ ਕੀ ਮੈਂ ਇਹਦਾ ਤੋਂ ਜੋ ਸ਼ਾਰਟ ਲੈਦਾ ਲੈ ਲੈ ਅਬ ਇਹਦੇ ਨਾਲੋਂ ਜਿਹੜੇ ਆਹ ਮਤਲਬ ਉਹ ਖਾਨ ਲਾਇਕ ਨਹੀਂ ਹੁੰਦੀ ਇਹ ਸਾਰਿਆਂ ਨੂੰ ਪਤਾ ਪਰ ਦੇਖੋ ਗੱਲ ਪਤਾ ਕੀ ਹੈ ਇਹ ਮੈਂ ਮੈਂ ਇੱਕ ਚੀਜ਼ ਹੋਰ ਐਡ ਆਨ ਕਰਾਂ ਇੰਡੀਆ ਦੀ ਜਿਹੜੀ ਸਿਆਸਤ ਹੈ ਨਾ ਹਮ ਆਪਾਂ ਨੂੰ ਮੋਸਟਲੀ ਲੱਗਦਾ ਹੈ ਕਿ ਉਹਦੇ ਵਿੱਚ ਨੀਤੀਆਂ ਬਣਦੀਆਂ ਨੇ ਉਹਦੇ ਵਿੱਚ ਹਮੇਸ਼ਾ ਦੋ ਤਰ੍ਹਾਂ ਦੀਆਂ ਨੀਤੀਆਂ ਬਣਦੀਆਂ ਨੇ ਇੱਕ ਨੀਤੀ ਆਪਾਂ ਕਿੰਦਾ ਛਕਣਾ ਛਕਾਉਣਾ ਦੂਜੀ ਨੀਤੀ ਵੋਟਾਂ ਕਿੰਦਾ ਲੈਣੀ ਹੈ ਹੁਣ ਇਹਦੇ ਵਿੱਚ ਕਿਤੇ ਵੀ ਦੇਸ਼ ਤਰੱਕੀ ਕਰੇਗਾ ਹਾਂ ਅੱਗੇ ਜਾ ਰਿਹਾ ਜੀ ਬਦਲ ਰਹਾ ਹੈ ਹਾਂ ਉਹ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਬਿਲਕੁਲ ਮਤਲਬ ਹੁਣ ਜਿੰਨੇ ਵੀ ਫੈਸਲੇ ਡਿਸੀਜਨਸ ਅਲੱਗ-ਅਲੱਗ ਸਟੇਟਸ ਦੇ ਵਿੱਚ ਹੋਣਗੇ ਉਹ ਹਮੇਸ਼ਾ ਵੋਟ ਸੈਂਟ੍ਰਿਕ ਹੋਣਗੇ ਤੇ ਵੋਟਾਂ ਦੇ ਨੇੜੇ ਹੋਣਗੇ ਤਾਂ ਹੀ ਜਿਹੜੀਆਂ ਤਰੱਕੀਆਂ ਨੇ ਜਦੋਂ ਵੋਟਾਂ ਦਾ ਟਾਈਮ ਨੇੜੇ ਆਉਂਦਾ ਉਦੋਂ ਹੀ ਹੁੰਦੀਆਂ ਹੁਣ ਅਖਬਾਰ ਦੇ ਵਿੱਚ ਹੀ ਲਿਖਿਆ ਹੋਇਆ ਸੀ ਕਿ ਜਦੋਂ ਆਪਣੀ 10 ਸਾਲ ਵਾਲੀ ਰਾਜ ਵਾਲੀ ਸਰਕਾਰ ਸੀ ਉਹਨਾਂ ਨੂੰ ਚਾਹੇ ਕੋਲੋਂ ਘਾਟਾ ਪੈ ਰਿਹਾ ਸੀ ਪੱਲਿਓ ਪਾ ਪਾ ਕੇ ਉਹਨਾਂ ਨੇ ਦਾਲ ਖਰੀਦ ਕੇ ਲੋਕਾਂ ਨੂੰ ਦਿੱਤੀ ਕਿ ਵੋਟਾਂ ਲੈਣੀਆਂ ਸੀ ਹੁਣ ਉਹ ਸਰਕਾਰ ਚੱਲ ਗਈ ਹੁਣ ਲੋਕ ਦੇਖਦੇ ਨੇ ਉਹ ਤਾਂ ਹੈ ਹੀ ਹੈ ਹਰ ਥਾਂ ਤੇ ਹੋਣਾ ਜਦੋਂ ਹੁਣ ਆ 2019 ਵਾਲੀਆਂ ਇਲੈਕਸ਼ਨ ਨੇ ਨੇੜੇ ਆਉਣੀਆਂ ਨੇ ਲੋਕ ਸਭਾ ਦੀਆਂ ਉਦੋਂ ਦੇਖਿਓ ਅਚਾਨਕ ਜਿਹੜੀ ਚੀਜ਼ ਪਿਛਲੇ 10 ਸਾਲਾਂ ਤੋਂ ਅਦਾਲਤ ਚ ਦੇ ਵਕੀਲ ਤੇ ਵਕੀਲ ਲੜਨ ਦੇ ਨੇ ਐਸੇ ਕਿਵੇਂ ਹੋ ਸਕਦਾ ਐਸੇ ਕਸੇ ਹੋ ਸਕਦਾ ਉਹ ਅਚਾਨਕ ਕਰਦਨੇ ਵੀ ਅਦਾਲਤ ਵਾਲੇ ਐਂ ਵੇਖਣਾ ਜਾ ਰਿਹਾ ਸੀ ਨੇ ਬਾਅਦ ਪੁੱਛਦੇ ਯਾਰ ਇਹ ਕਰ ਕਿਉਂ ਦਿੱਤਾ ਫਿਰ ਇੰਨੇ ਜਿਹੇ ਲੜੀ ਕਿਉਂ ਜਾਂਦੇ ਸੀ ਆ ਵੀ ਜੇ ਆਈ ਹੋਣਾ ਸੀ ਤਾਂ ਉਹ ਇਹ ਇਹ ਮੇਰਾ ਦੇਸ਼ ਬਦਲ ਰਹਾ ਹੈ ਵਹਿ ਕਹਿੰਦੇ ਤਾਂ ਹੈਗੇ ਆ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਬਦਲੇ ਨਹੀਂ ਬਦਲ ਹੀ ਰਿਹਾ ਗੁਰਪ੍ਰੀਤ ਜੀ ਦੇਖੋ ਜੀਐਸਟੀ ਲੱਗ ਗਿਆ ਲੋਕਾਂ ਤੋਂ ਟੈਕਸ ਲੈਣ ਲੱਗ ਗਏ ਬਾਕੀ ਹੋਰ ਕੁਝ ਤਾਂ ਨਹੀਂ ਬਦਲ ਰਿਹਾ ਇੰਨਾ ਤਾਂ ਬਦਲੇ ਐਟਲੀਸਟ ਇਹ ਦੇਖੋ ਗੱਲ ਪਤਾ ਕੀ ਹੈ ਨਾ ਜੀਐਸਟੀ ਦਾ ਆਪਾਂ ਨਾਲ ਰੋਲ ਜ਼ਿਆਦਾ ਪਾ ਲਿਆ ਤੇ ਮੈਨੂੰ ਲੱਗਦਾ ਇਹ ਅੰਦਰ ਖਾਤੇ 'ਤੇ ਤਾਂ ਜ਼ਿਆਦਾ ਟੈਕਸ ਹੀ ਹੈ ਨਹੀਂ ਨਹੀਂ ਗੁਰਪ੍ਰੀਤ ਜੀ ਮੈਂ ਇਹ ਨਹੀਂ ਕਹਿੰਦੀ ਟੈਕਸ ਸੀਗਾ ਹਰੇਕ ਨੂੰ ਦੇਣਾ ਵੀ ਚਾਹੀਦਾ ਠੀਕ ਹੈ ਨਾ ਟੈਕਸ ਤੁਸੀਂ ਡੈਫੀਨਿਟਲੀ ਹਰੇਕ ਬੰਦੇ ਨੂੰ ਪੇ ਕਰਨਾ ਚਾਹੀਦਾ ਐਂਡ ਜੇ ਤੁਸੀਂ ਲੋਕਾਂ ਤੋਂ ਟੈਕਸ ਲੈ ਰਹੇ ਹੋ ਵਧੀਆ ਚੀਜ਼ ਹੈ ਪਰ ਇਨ ਰਿਟਰਨ ਲੋਕਾਂ ਨੂੰ ਵੀ ਤਾਂ ਕੁ ਉਹਨਾਂ ਨੂੰ ਜਿਹੜੀ ਸਰਵਿਸਿਜ਼ ਹੀ ਬੈਟਰ ਦਓ ਉਹਨਾਂ ਨੂੰ ਜਿਹੜੀਆਂ ਹੋਰ ਕੀ ਚਾਹੀਦਾ ਮੇਰਾ ਦੇਸ਼ ਬਦਲ ਰਿਹਾ ਹੈ ਕੱਲ ਪਤਾ ਕੀ ਹੈ ਹਾਂ ਜਦ ਤੱਕ ਲੋਕ ਲੀਡਰਾਂ ਨੂੰ ਐਂਡ ਵਾਲੇ ਦੇਣ ਵਾਲੀ ਰਾਜਨੀਤੀ ਨਹੀਂ ਛੱਡਦੇ ਬਿਲਕੁਲ ਐਂਡ ਵਾਲੇ ਦੇਣ ਵਾਲੀ ਰਾਜਨੀਤੀ ਤੋਂ ਸਾਹਮਣੇ ਜਿਹੜੀ ਰਾਤ ਨੂੰ ਮਤਲਬ ਜਿਦਾ ਕੱਲ ਨੂੰ ਵੋਟਾਂ ਹਾਂ ਤੇ ਅੱਜ ਰਾਤੀ 12 ਵਜੇ ਜਿਹੜਾ ਡਿਸੀਜਨ ਇੱਕਦਮ ਆਇਆ ਤੁਸੀਂ ਜਿਹੜਾ ਚੇਂਜ ਹੁੰਦਾ ਹੈ ਮਤਲਬ ਜਿਹੜਾ ਬੋਤਲ ਤੇ ਬੋਤਲ ਤੇ ਹਾਂ ਫਿਰ ਤੇਰੇ ਕੀ ਉਹ ਪੋਲ ਕਿਹੜਾ ਪੋਲ ਹੁੰਦਾ ਐਗਜ਼ਿਟ ਪੋਲ ਐਗਜ਼ਿਟ ਪੋਲ ਵੀ ਜਦੋਂ ਝੂਠੇ ਪੈ ਜਾਂਦੇ ਨੇ ਹਾਂ ਹਵਾਵਾ ਕਸਾਵਾ ਬਦਲ ਗਿਆ ਮਤਲਬ ਇਹ ਸਿੰਪਲ ਜੀ ਗੱਲ ਹੈ ਕਿ ਵੀ ਲੋਕਾਂ ਵੱਲੋਂ ਇੱਕ ਰਾਤ ਪਹਿਲਾਂ ਲੈ ਗਏ ਡਿਸੀਜਨ ਸਰਕਾਰਾਂ ਦੇ ਵੋਟਾਂ ਤੋਂ 1 ਮਹੀਨਾ ਜਾਂ 6 ਮਹੀਨੇ ਪਹਿਲਾਂ ਤੱਕ ਦੇ ਡਿਸੀਜਨਸ ਤੱਕ ਚੱਲਦੇ ਆ ਬਿਲਕੁਲ ਇਸ ਤੋਂ ਬਿਨਾ ਲੋਕ 5 ਸਾਲ ਤੱਕ ਇਹ ਕਹਿੰਦੇ ਤੇ ਅਗਲੇ ਬੰਦੇ ਫਿਰ 4.5 ਸਾਲ ਯਾਰ ਲੈਂਦੇ ਆ होता है या सिंपल मतलब दिस इज मैथमेटिकल इक्वेशन यू कैन द यूकोवेंको स्टेट ऑफ द एक्स फैक्टर इनटू द वाई फैक्टर टू द इनसाइक्लोपीडिया ऑफ द फंडामेंटल राइट्स ऑफ द ह्यूमन बीइंग इन द इंडिया दैट्स व्हाई द लोकतांत्रिक मुल्क ऑफ इंडिया इज कॉल्ड महान देश तो सी मैथ्स तो शुरू हुई सी मेरे ख्याल है सिविक्स से जाके मुक्के हो पता मैंने खुद नहीं लगा क्यों कोई <laughs> क्योंकि मेरा देश बदल रहा है मेरा देश बदल रहा है सो दिस मैं बदल सकता हूं ਫਿਲਹਾਲ ਆਪਾਂ じゃਇਸ ਤਾਲੀਏ ਹਾਂ ਫਿਲਹਾਲ ਸਾਡੇ ਜਾਣ ਦਾ ਵੇਲਾ ਹੋ ਗਿਆ ਜੀ ਤੁਸੀਂ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ ਜੀ WhatsApp ਨੰਬਰ ਦਾ ਹੈ ਸਾਡਾ ਉਹਦੇ ਉੱਪਰ ਤੁਸੀਂ WhatsApp ਕਰ ਸਕਦੇ ਹੋ ਸਾਡੇ ਟੋਲ ਫਰੀ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਯਾ ਕਮੈਂਟਸ ਦੇ ਰਹੇ ਨੇ ਉਹ ਜ਼ਰੂਰ ਕਰੋ ਉਸ ਤੋਂ ਇਲਾਵਾ WhatsApp ਨੰਬਰ ਜਿਵੇਂ ਕਿ ਨੰਦਸਿਆ ਉਹ ਹੈ ਹੀ ਆ ਤੁਹਾਡੇ ਕੋਲ ਇਸ ਤੋਂ ਇਲਾਵਾ ਸਾਡੀ ਐਪ ਨੂੰ ਜ਼ਰੂਰ ਡਾਊਨਲੋਡ ਕਰੋ YouTube ਤੇ ਸਾਡਾ ਜਿਹੜਾ ਚੈਨਲ ਆ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ Facebook ਤੇ ਉੱਪਰ ਸਾਡਾ ਪੇਜ ਆ ਉਹਨੂੰ ਵੀ ਲਾਈਕ ਜ਼ਰੂਰ ਕਰੋ ਫਿਰਾਲ ਇਜਾਜ਼ਤਾਂ ਜੀ ਦੇਖਦੇ ਰਹੋ ਪ੍ਰਾਈਮੇਸ਼ਾ TV ਤੁਹਾਡਾ ਆਪਣਾ ਤੁਹਾਡੇ ਲਈ ਆ ਵੀ ਹਾਜ਼ਰ ਹੈ ਚੰਚਦਾ ਵੀ ਚਾ